ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕਰਨਬੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅੱਜ ਦੀ ਸਵੇਰ ਤੁਸੀਂ ਇਸ ਟਾਈਮ ਜਿਹੜਾ ਜੀ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਸਾਡੇ ਨੈਸ਼ਨਲ ਪੂਰੇ ਨੈਟਵਰਕ ਦੇ ਉੱਤੇ, ਇਸ ਦੇ ਨਾਲ ਨਾਲ ਸਾਡੀ ਵੈਬਸਾਈਟ ਦੇ ਉੱਤੇ, ਆਈਫੋਨ ਐਂਡਰਾਇਡ ਦੀਆਂ ਐਪਸ ਦੇ ਉੱਤੇ, ਫੋਨ ਨੰਬਰਸ ਦੇ ਉੱਤੇ, ਘਰਾਂ ਵਿੱਚ ਪਏ ਰੇਡੀਓ ਸੈਟਸ, AM ਸਟੇਸ਼ਨ ਦੇ ਉੱਤੇ ਸਾਡੇ ਨਾਲ ਤੁਸੀਂ ਜੁੜੇ ਹੋਏ ਹੋ। ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਤੇ ਪੰਜਾਬੀ ਰੇਡੀਓ ਯੂਐਸਏ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਬਿਲਕੁਲ ਸਰੋਤੇ, ਜਿਵੇਂ ਤੁਸੀਂ ਜਾਣਦੇ ਹੋ ਸਾਡਾ ਇਹ ਜਿਹੜਾ ਪ੍ਰੋਗਰਾਮ ਅੱਜ ਦੀ ਸਵੇਰ ਆ, ਇਸ ਦੇ ਵਿੱਚ ਅਸੀਂ ਵੱਖ ਵੱਖ ਮੁੱਦਿਆਂ ਦੇ ਉੱਤੇ ਜਿਹੜੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਖਾਸ ਕਰਕੇ ਜੋ ਵੀ ਚੱਲ ਰਿਹਾ ਹੁੰਦਾ ਆ ਆਪਣਾ, ਖਾਸ ਕਰਕੇ ਇੱਥੇ ਅਮਰੀਕਾ ਦੇ ਵਿੱਚ, ਉਸ ਦੇ ਉੱਤੇ ਤਾਂ ਆਪਾਂ ਗੱਲਬਾਤ ਕਰਦੀ ਕਰਦੇ ਹਾਂ। ਉਸ ਦੇ ਨਾਲ ਨਾਲ ਜਿਹੜਾ ਆ ਹਰਜੋਤ ਸਿੰਘ ਜੀ, ਆਪਾਂ ਜੋ ਪੰਜਾਬ ਦੇ ਵਿੱਚ ਵੀ ਘਟ ਰਿਹਾ ਹੁੰਦਾ ਉਸ ਦੇ ਉੱਤੇ ਵੀ ਨਜ਼ਰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ, ਤੇ ਜਿਵੇਂ ਆਪਾਂ ਸਾਰੇ ਜਾਣੇ ਜਾਣਦੇ ਹਾਂ ਵੀ ਹਰ ਇੱਕ ਨੂੰ ਬਹੁਤ ਬੇਸਬਰੀ ਦੇ ਨਾਲ ਹੁਣ ਇੰਤਜ਼ਾਰ ਹੈਗਾ ਆ ਵੀ ਇਹ ਜਿਹੜਾ 11 ਤਰੀਕ ਜਿਹੜੀ ਹੈ ਜਲਦੀ ਜਲਦੀ ਆਵੇ। ਤੇ ਉੱਥੇ ਤਾਂ 11 ਤਰੀਕ ਨੂੰ ਸਵੇਰੇ ਤਕਰੀਬਨ 8 ਵਜੇ ਤਾਂ ਉਹ ਰੁਝਾਨ ਆਉਣੇ ਸ਼ੁਰੂ ਹੋ ਜਾਣੇ ਆ, ਅਤੇ ਆਪਣੇ ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਜਿਹੜੀ ਆ ਉਹ ਤਰੀਕ 10 ਹੀ ਹੋਣੀ ਆ, ਸ਼ੁੱਕਰਵਾਰ ਦੀ ਸ਼ਾਮ ਨੂੰ, ਰਾਤ ਨੂੰ ਜਿਹੜਾ ਜੀ ਇੱਥੇ ਆਪਣੇ ਪ੍ਰੋਗਰਾਮ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ। ਹਰ ਇੱਕ ਨੂੰ ਇਹ ਇੰਤਜ਼ਾਰ ਹੈ ਵੀ ਕੌਣ ਜਿੱਤੇਗਾ, ਕੌਣ ਹਾਰੇਗਾ, ਕੌਣ ਜਿਹੜਾ ਜੀ ਨਵਾਂ ਮੁੱਖ ਮੰਤਰੀ ਬਣਨ ਵਾਲੇ ਪਾਸੇ ਨੂੰ ਜਾਵੇਗਾ, ਕਿਹਦੀ ਸਰਕਾਰ ਜਿਹੜੀ ਜੀ ਉਹ ਆਵੇਗੀ। ਸੋ ਉਸ ਦੀ ਪਲ ਪਲ ਦੀ ਜਿਹੜੀ ਖਬਰ ਆ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਹਾਡੇ ਲਈ ਜਿਹੜੀ ਆ ਉਹ ਆਪਾਂ ਪੇਸ਼ ਜਿਹੜੀ ਆ ਜੀ ਕਰਾਂਗੇ। ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆ, ਵਿਧਾਨ ਸਭਾ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆ, ਉਹ ਤੁਹਾਡੇ ਸਾਹਮਣੇ ਜਿਹੜੇ ਆ ਉਹ ਨਾਲ ਨਾਲ ਆਪਾਂ ਉਹ ਦਿੰਦੇ ਰਹਾਂਗੇ। ਜੀ ਬਿਲਕੁਲ। ਸੋ ਸਾਰੇ ਜਾਣੇ ਸਾਡੇ ਨਾਲ ਜਰੂਰ ਜੁੜਿਓ, ਉਦੋਂ ਨੂੰ 7 ਵਜੇ ਦੇ ਕਰੀਬ ਆਪਾਂ ਲਾਈਵ ਕਵਰੇਜ ਸ਼ੁਰੂ ਕਰ ਦੇਣੀ ਆ ਰਾਜਗਨਵੀਰ ਜੀ। ਜੀ ਸ਼ੁੱਕਰਵਾਰ ਸ਼ਾਮ ਨੂੰ, ਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ AM ਸਟੇਸ਼ਨ ਆ, 1300 AM ਫ੍ਰਿਜਨੋ, 1450 AM ਜੁੱਬਰ ਸਿਟੀ, 1470 ਸੈਕਰਾਮੈਂਟੋ, ਜਿੰਨੇ ਵੀ ਸਾਡੇ ਸਾਈਡ ਬੈਂਡ ਦੇ ਰੇਡੀਓ ਸਟੇਸ਼ਨ ਹੈਗੇ ਆ, ਸਟੋਕਟਨ, ਮੋਡੈਸਟੋ, ਟ੍ਰੇਸੀ, ਬਰਕਲੇ ਏਰੀਆ, ਸੈਨੋਜ਼ੇ, ਬੇਕਰਸਫੀਲਡ, ਸਿਆਟਲ ਏਰੀਆ, ਤੇ ਨਾਲ ਦੀ ਨਾਲ ਐਪ ਦੇ ਉੱਤੇ ਤੇ ਨਾਲ ਦੀ ਨਾਲ ਟੈਲੀਫੋਨ ਨੰਬਰਾਂ ਦੇ ਉੱਤੇ ਤੁਸੀਂ ਲਾਈਵ ਕਵਰੇਜ, ਪਲੱਸ ਤੁਸੀਂ ਫੇਸਬੁੱਕ ਦੇ ਉੱਤੇ ਵੀ ਲਾਈਵ ਕਵਰੇਜ ਦੇਖੋਗੇ। ਬਿਲਕੁਲ ਜੀ, ਤੇ ਟੈਲੀਫੋਨ ਨੰਬਰ ਤੋਂ ਜਿਹੜਾ ਯਾਦ ਆਇਆ ਮੈਂ ਦੱਸਦੇ ਜਾਵਾਂ ਵੀ ਟੀ ਮੋਬਾਈਲ ਤੇ ਮੈਟਰੋ PCS ਦੇ ਲਈ ਨੰਬਰ ਜਿਹੜਾ ਉਹ ਹੈਗਾ ਜੀ 360-398-4444। ਇਸ ਦੇ ਨਾਲ ਨਾਲ ਜਿਹੜਾ ਜੀ ਬਾਕੀ ਹੋਰ ਜਿਹੜੇ ਵੀ ਸਰਵਿਸ ਪ੍ਰੋਵਾਈਡਰ ਨੇ ਉਸ ਦੇ ਲਈ ਨੰਬਰ ਆ 641-552-5000। ਇਹ ਨੰਬਰ ਹੈਗੇ ਨੇ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਸੁਪ੍ਰੀਤ ਕੌਰ ਪਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਮੰਟੀਕਾ ਤੋਂ, ਮਨਜੀਤ ਸਿੰਘ ਰਾਏ 18-wheeler ਟਰੱਕ ਡਰਾਈਵਿੰਗ ਸਕੂਲ ਵਾਲੇ ਯੂਨੀਵਰਸਿਟੀ ਤੋਂ, ਕੁਲਵਿੰਦਰਜੀਤ ਸਿੰਘ ਪ੍ਰਹਾਰ ਸਿਆਟਲ ਤੋਂ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਜਿਹੜਾ ਜੀ ਉਹ ਧੰਨਵਾਦ ਕਰਦੇ ਹਾਂ। ਤੇ ਤੁਸੀਂ ਵੀ ਸਰੋਤਿਓ ਜਿਹੜਾ ਜੀ ਹੁਣ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਜੀ ਤੁਸੀਂ ਵੀ ਸਾਥ ਦੇਣਾ ਚਾਹੁੰਦੇ ਹੋ, ਤੁਸੀਂ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੋਗੇ ਤਾਂ ਉਹ ਵੀ ਉਦੋਂ ਤੁਸੀਂ ਜਿਹੜਾ ਜੀ ਸਾਨੂੰ ਸਟੂਡੀਓ 'ਚ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ, 408-272-5200 ਦੇ ਉੱਤੇ। ਜੀ ਸੋ ਰਾਜਕਰਨਵੀਰ ਜੀ, ਪਹਿਲਾਂ ਆਪਾਂ ਕੁਛ ਕਿੱਤੇ ਦੀਆਂ ਖਬਰਾਂ ਸਾਂਝੀਆਂ ਕਰਾਂਗੇ, ਉਹ ਤੋਂ ਬਾਅਦ ਆਪਾਂ ਜਿਹੜਾ ਡਿਸਕਸ ਕਰ ਰਹੇ ਸੀ ਉਹ ਕਰਾਂਗੇ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਵਿਕੀਲੀਕਸ ਨੇ ਇੱਕ ਤਰ੍ਹਾਂ ਨਾਲ ਹੋਰ ਡਾਕੂਮੈਂਟਸ ਉਹ ਕਹਿੰਦੇ ਅਸੀਂ ਪਬਲਿਸ਼ ਕਰਨ ਜਾ ਰਹੇ ਹਾਂ। 9000 ਦੇ ਕਰੀਬ ਜਿਹੜੇ ਪੇਜਸ ਹੈਗੇ ਆ, ਉਹ ਕਹਿੰਦੇ ਵੀ CIA ਕਿਸ ਤਰ੍ਹਾਂ ਜਿਹੜੀ ਹੈਕ ਕਰਦੀ ਹੈਗੀ ਆ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਨੂੰ, ਉਹਦੇ ਬਾਰੇ ਉਹਨਾਂ ਨੇ ਇਹ ਲੇਟੈਸਟ ਨਿਊਜ਼ ਜਿਹੜੀ ਆ ਰਹੀ ਹੈਗੀ ਆ। ਸਾਈਬਰ ਵੈਪਨਸ ਜਿਹੜੇ ਕਿਸ ਤਰ੍ਹਾਂ ਯੂਜ਼ ਕੀਤੇ ਜਾਂਦੇ ਹੈਗੇ ਆ, ਤੇ ਸੋ ਇਹ ਬੜੀ ਇੰਟਰਸਟਿੰਗ ਆ ਭਈ ਇਹ ਜਿਹੜਾ ਟਵਿਸਟ ਆ ਹੁਣ ਕਿੱਧਰ ਨੂੰ ਜਾ ਰਿਹਾ ਹੈਗਾ। ਜਿਸ ਤਰ੍ਹਾਂ ਪਿਛਲੇ 2-3 ਦਿਨਾਂ ਤੋਂ ਸੁਣ ਰਹੇ ਸੀ ਭਈ ਪ੍ਰੈਜੀਡੈਂਟ ਟਰੰਪ ਕਹਿੰਦੇ ਜੀ ਭਈ ਮੇਰੇ ਜਿਹੜੀ ਟਰੰਪ ਬਿਲਡਿੰਗ ਆ ਉਹਨੂੰ ਬੱਗ ਕੀਤਾ ਗਿਆ ਸੀ, ਬਹੁਤ ਸਾਰੇ ਲੋਕ ਕਹਿੰਦੇ ਸਹੀ ਆ, ਬਹੁਤ ਸਾਰੇ ਲੋਕ ਕਹਿੰਦੇ ਭਈ ਨਹੀਂ ਇਹ ਝੂਠ ਖਬਰ ਆ। ਸੋ ਅੱਜ CIA ਨੇ ਵਿਕੀਲੀਕਸ ਨੇ CIA ਦੇ ਖਿਲਾਫ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਵਾਇਰਸ ਹੈਗੀਆਂ ਆ ਉਹ ਜਿਹੜੀਆਂ ਰਿਕਾਰਡ ਕੀਤੀਆਂ ਸੀ ਉਹ ਕਹਿੰਦੇ ਵੀ ਅਸੀਂ ਪਬਲਿਸ਼ ਕਰਨ ਜਾ ਰਹੇ ਹਾਂ, ਤੇ ਅੱਜ ਇਹ ਮੇਨ ਨਿਊਜ਼ ਹੈਗੀ। ਬਿਲਕੁਲ, ਉਹਨਾਂ ਨੇ ਕਾਫੀ ਜਿਹੜੇ ਡਾਕੂਮੈਂਟ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਹਨਾਂ ਨੇ ਜਿਹੜੇ ਉਹ ਲੀਕ ਜਿਹੜੇ ਕੀਤੇ ਆ ਉਹ ਰਿਲੀਜ਼ ਕੀਤੇ ਨੇ। ਬਾਕੀ ਜਿਹੜੀ ਗੱਲ ਤੁਸੀਂ ਆਖੀ ਸੀ ਵੀ ਇੱਕ ਵਧੀਆ ਢੰਗ ਸੀਗਾ ਰਾਸ਼ਟਰਪਤੀ ਟਰੰਪ ਦੇ ਵੱਲੋਂ ਜਿਹੜੀ ਬਿਆਨਬਾਜ਼ੀ ਕੀਤੀ ਵੀ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਉਹਨਾਂ ਦੇ ਟਰੰਪ ਟਾਵਰ ਆ ਉਸ ਨੂੰ ਉਹਨਾਂ ਨੇ
ਬੱਗ ਕੀਤਾ ਹੋਇਆ ਸੀ। ਜੌਨ ਮਕੇਨ ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਸੈਨੇਟਰ ਨੇ ਐਰੀਜ਼ੋਨਾ ਤੋਂ, ਉਹਨਾਂ ਨੇ ਆਖਿਆ ਵੀ ਜੇ ਰਾਸ਼ਟਰਪਤੀ ਟਰੰਪ ਇੱਦਾਂ ਕਹਿ ਰਿਹਾ ਤੇ ਉਹਨਾਂ ਨੂੰ ਕੋਈ ਨਾ ਕੋਈ ਸਬੂਤ ਜਿਹੜਾ ਉਹ ਜ਼ਰੂਰ ਦਿਖਾਉਣਾ ਚਾਹੀਦਾ, ਇੱਦਾਂ ਹਵਾ ਦੇ ਵਿੱਚ ਤੀਰ ਜਿਹੜਾ ਜੀ ਉਹ ਨਹੀਂ ਮਾਰਨੇ ਚਾਹੀਦੇ, ਕਿਉਂਕਿ ਇਹ ਇੱਕ ਬਹੁਤ ਵੱਡੀ ਇੱਕ ਗੱਲ ਆ। ਜਿਹੜੇ ਵੀ ਇੱਥੇ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਹੋਣਗੇ ਤਾਂ ਉਹਨਾਂ ਨੂੰ ਯਾਦ ਹੋਵੇਗਾ ਇੱਕ ਵਾਟਰਗੇਟ ਨਾਂ ਦੀ ਜਿਹੜੀ ਉਹ ਚੀਜ਼ ਹੋਈ ਸੀਗੀ, ਉਸਦੇ ਕਰਕੇ ਜਿਹੜਾ ਉਦੋਂ ਦੇ ਰਾਸ਼ਟਰਪਤੀ ਸੀ ਉਹਨਾਂ ਨੂੰ ਅਸਤੀਫਾ ਵੀ ਦੇਣਾ ਪਿਆ ਸੀ, ਕਿਉਂਕਿ ਉਹਨਾਂ ਨੇ ਵੀ ਇਹੀ ਕੰਮ ਕੀਤਾ ਸੀ, ਬੱਗ ਕੀਤੇ ਸੀਗੇ ਵੱਖ ਵੱਖ ਸੈਨੇਟਰ, ਵੱਖ ਵੱਖ ਅਫੀਸ਼ੀਅਲਸ, ਜਿਹੜੇ ਖਾਸ ਕਰਕੇ ਵਿਰੋਧੀ ਪਾਰਟੀ ਦੇ ਜਿਹੜੇ ਆ ਨੇਤਾ ਆ ਉਹਨਾਂ ਦੇ ਰੂਮਸ ਦੇ ਵਿੱਚ, ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਨੂੰ ਬੱਗ ਕੀਤਾ ਸੀਗਾ ਤੇ ਉਹ ਸੁਣਦੇ ਰਹਿੰਦੇ ਸੀ ਤੇ ਬਾਅਦ ਚ ਉਹੀ ਗੱਲਾਂ ਉਹਨਾਂ ਦੇ ਖਿਲਾਫ਼ ਵਰਤਣ ਦੀ ਜਿਹੜੀ ਆ ਉਹ ਗੱਲ ਚੱਲਦੀ ਸੀ, ਤੇ ਉਹ ਜਦੋਂ ਇੱਕ ਨਿਊਜ਼ ਬ੍ਰੇਕ ਹੋਈ ਸੀ ਵਾਟਰਗੇਟ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਸਾਰਿਆਂ ਨੂੰ ਪਤਾ ਆ ਵੀ ਰਾਸ਼ਟਰਪਤੀ ਨਿਕਸਨ ਜਿਹੜਾ ਆ ਉਹਨਾਂ ਦਾ ਕੀ ਉਸ ਦੇ ਵਿੱਚ ਜਿਹੜਾ ਉਹ ਹਾਲ ਹੋਇਆ ਸੀ, ਉਹਨਾਂ ਨੂੰ ਅਸਤੀਫਾ ਵੀ ਜਿਹੜਾ ਆ ਉਹ ਦੇਣਾ ਪਿਆ ਸੀ। ਸੋ ਜੇ ਵਾਕਿਆ ਹੀ ਇੱਦਾਂ ਦੀ ਕੋਈ ਗੱਲ ਹੋਈ ਆ ਤੇ ਤੱਥਾਂ ਦੇ ਆਧਾਰ ਦੇ ਉੱਤੇ ਜ਼ਰੂਰ ਇਹਨਾਂ ਨੂੰ ਕਰਨੀ ਚਾਹੀਦੀ ਹੈ, ਸਿਰਫ ਇੱਕ ਟਵੀਟ ਕਰਕੇ ਕਹਿ ਦੇਣਾ ਵੀ ਉਹਨਾਂ ਨੇ ਇੱਦਾਂ ਕੀਤਾ ਉਦਾਂ ਕੀਤਾ ਬਗੈਰ ਕਿਸੇ ਪ੍ਰੂਫ ਤੋਂ ਇਹ ਸ਼ੋਭਦੀ ਨਹੀਂ ਹੈ। ਸੋ CIA ਦੇ ਬਾਰੇ ਉਹ ਅੱਗੇ ਜਾ ਕੇ ਦੱਸਦੇ ਆ ਵਿਕੀਲੀਕਸ ਬਾਰੇ, ਵੀ ਕਹਿੰਦੇ ਜਿਹੜੇ CIA ਨੇ ਜਿਹੜਾ ਇਹ ਸਾਈਬਰ ਜਿਹੜਾ ਆਫਿਸ ਹੈਗਾ ਆ ਉਹ ਖੋਲਿਆ ਹੈਗਾ ਆਪਣੇ US ਕੌਂਸੂਲੇਟ ਆਫਿਸ ਜਿਹੜਾ ਫਰੈਂਕਫਰਟ ਜਰਮਨੀ ਦੇ ਵਿੱਚ ਆ, ਉੱਥੋਂ ਇਹ ਪੂਰਾ ਡਿਜੀਟਲ ਆਪਰੇਸ਼ਨ ਜਿਹੜਾ ਇਹਨੂੰ ਓਪਰੇਟ ਕਰਦੇ ਆ, ਜੋ ਕਿ ਯੂਰਪ, ਮਿਡਲ ਈਸਟ ਤੇ ਅਫਰੀਕਾ ਸਾਰੇ ਨੂੰ ਇਹ ਕਵਰ ਕਰਦਾ ਹੈਗਾ ਆ ਜੀ। ਸੋ ਇਹ ਤੋਂ ਅਗਲੀ ਖਬਰ ਵੱਲ ਜਾਈਏ ਰਾਜਕਨਵੀਰ ਜੀ, ਭਈ ਆਪਾਂ ਕੱਲ ਵੀ ਥੋੜੀ ਜਿਹੀ ਸਾਂਝੀ ਕੀਤੀ ਸੀ ਭਈ ਰਿਪਬਲਿਕਨ ਪਾਰਟੀ ਵੱਲੋਂ ਹੁਣ ਜਿਹੜੀ ਓਬਾਮਾ ਕੇਅਰ ਦੀ ਰਿਪਲੇਸਮੈਂਟ ਆ ਉਹ ਉਹਦੇ ਕੁਛ ਪੁਆਇੰਟ ਸਾਹਮਣੇ ਆਏ ਹੈਗੇ ਆ ਤੇ ਕੀ ਉਹ ਲੈ ਕੇ ਆ ਰਹੇ ਆ, ਉਹਦੇ ਬਾਰੇ ਆਪਾਂ ਥੋੜੇ ਜਿਹੇ ਪੁਆਇੰਟ ਸਾਂਝੇ ਕਰੀਏ ਜੀ। ਜ਼ਰੂਰ ਉਹਦੇ ਵਿੱਚ ਕੁਛ ਕੁ ਪੁਆਇੰਟ ਤਾਂ ਇਹ ਹੈਗੇ ਆ ਭਈ ਜਿੱਦਾਂ ਪਹਿਲਾਂ ਓਬਾਮਾ ਕੇਅਰ ਸੀ ਭਈ ਜਿਹੜੇ ਤੁਹਾਡੇ ਬੱਚੇ 26 ਸਾਲ ਤੱਕ ਆ ਪੇਰੈਂਟਸ ਦੇ ਅੰਡਰ ਉਹ ਕਵਰ ਰਹਿਣਗੇ, ਦੂਸਰੇ ਨੰਬਰ ਤੇ ਜਿਨ੍ਹਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਉਹ ਵੀ ਕਵਰ ਰਹੇਗੀ, ਤੀਸਰਾ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਦੀ ਪਲੰਟੀ ਚੱਲਦੀ ਸੀ ਉਹ ਪਲੰਟੀ ਨਹੀਂ ਹੋਵੇਗੀ, ਇਹ ਹਜੇ ਲਾਅ ਨਹੀਂ ਬਣਿਆ ਹੈ ਤਾਂ ਕਰਕੇ ਆਪਾਂ ਸਰੋਤਿਆਂ ਨਾਲ ਸਾਂਝੀ ਕਰ ਦਈਏ ਵੀ ਇਹਨਾਂ ਨੇ ਪ੍ਰਪੋਜ਼ਲ ਲਿਆਂਦਾ ਆ, ਇਹਦੇ ਵਿੱਚ ਹਜੇ ਬਹੁਤ ਸਾਰੀਆਂ ਚੇਂਜਸ ਹੋਣੀਆਂ ਆ ਕਿਉਂਕਿ ਡੈਮੋਕ੍ਰੇਟਿਕ ਪਾਰਟੀ ਨੇ ਆਲਮੋਸਟ ਕਿੰਨੇ ਸਾਲ ਲਾਏ ਸੀ ਇਸ ਲਾਅ ਨੂੰ ਬਣਾਉਣ ਦੇ ਲਈ। ਸੋ ਇਹ ਨਹੀਂ ਹੋ ਸਕਦਾ ਵੀ ਜਿਹੜੇ ਰਿਪਬਲਿਕਨ ਆ ਉਹ 2 ਵੀਕ ਦੇ ਵਿੱਚ ਇਹ ਲਾਅ ਬਣਾ ਦੇਣ। ਸੋ ਉਹਦੇ ਵਿੱਚ ਜਿਹੜੀ ਸਬਸਿਡੀ ਆ ਉਹਦੇ ਵਿੱਚ ਵੀ ਬਹੁਤ ਚੇਂਜਸ ਕੀਤੀਆਂ ਗਈਆਂ ਆ, ਏਜ ਦੇ ਹਿਸਾਬ ਨਾਲ ਜਿਹੜੇ 30 ਸਾਲ ਤੋਂ ਥੱਲੇ ਆ ਉਹ ਸਿਰਫ 2000 ਤੱਕ ਲੈ ਸਕਦੇ ਆ, 60 ਤੋਂ ਉੱਤੇ ਆ ਉਹ 4000 ਤੱਕ ਲੈ ਸਕਦੇ ਆ, ਤੇ ਪਲੱਸ ਇਨਕਮ ਲੈਵਲ ਵੀ ਉਹਨਾਂ ਨੇ ਚੇਂਜ ਕੀਤੇ, ਇੱਕ ਬੰਦੇ ਦੀ ਇਨਕਮ 75,000 ਰੱਖੀ ਆ, ਹਸਬੈਂਡ ਵਾਈਫ ਦੀ 150,000 ਰੱਖੀ ਆ, ਜਿਹੜੇ ਇੰਪਲਾਇਰ ਹੈਗੇ ਆ ਜਿੱਦਾਂ ਬਹੁਤ ਸਾਰੇ ਜਿਹੜੇ ਇੰਪਲਾਇਰ ਹਿੱਟ ਹੋਣੇ ਸੀ ਜਿਹੜੇ ਛੋਟੇ ਛੋਟੇ ਇੰਪਲਾਇਰ ਹੈਗੇ ਜਿਨ੍ਹਾਂ ਦੇ 50-60 ਇੰਪਲਾਈ ਆ ਉਹਨਾਂ ਨੂੰ ਕੰਪਲਸਰੀ ਜਿਹੜੀ ਦੇਣੀ ਪੈਂਦੀ ਸੀ ਇੰਸ਼ੋਰੈਂਸ ਉਹ ਹੁਣ ਇਹ ਤੋਂ ਵੇਵ ਹੋ ਜਾਊਗੇ। ਸੋ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਇੰਪਲਾਇਰ ਆ ਛੋਟੇ ਉਹਨਾਂ ਨੂੰ ਫਾਇਦਾ ਵੀ ਹੈਗਾ ਤੇ ਕਈ ਜਿਹੜੇ ਇੰਪਲਾਈ ਹੈਗੇ ਉਹਨਾਂ ਨੂੰ ਨੁਕਸਾਨ ਵੀ ਹੈਗਾ। ਇੰਪਲਾਇਰ ਨੂੰ ਫਾਇਦਾ ਇਹ ਆ ਵੀ ਜਿੱਦਾਂ ਹੁਣ ਮੰਨ ਲਓ ਕੋਈ ਸਬਵੇ ਸੀ ਜਾਂ ਕਿਸੇ ਦੇ ਡੈਨੀਜ਼ ਰੈਸਟੋਰੈਂਟ ਆ 4-5 ਉਹਦੇ 50-60 ਇੰਪਲਾਈ ਆਮ ਹੋ ਜਾਂਦੇ ਆ। ਸੋ ਉਹਦੇ ਲਈ $300 ਦੇ ਕਰੀਬ ਪਰ ਪਰਸਨ ਜਿਹੜਾ ਚਾਰਜ ਕਰਨਾ ਬੜਾ ਹਾਰਡ ਹੁੰਦਾ ਹੈਗਾ। ਇਸੇ ਤਰ੍ਹਾਂ ਜਿਹੜੇ ਇੰਪਲਾਈ ਹੈਗੇ ਆ ਜੇ ਉਹਨਾਂ ਦੀ ਇਨਕਮ ਘੱਟ ਹੈਗੀ ਫੇਰ ਉਹਨਾਂ ਨੂੰ ਸਬਸਿਡੀ ਪਹਿਲਾਂ ਬਹੁਤ ਜ਼ਿਆਦਾ ਮਿਲਦੀ ਸੀ, ਹੁਣ ਉਹ ਸਬਸਿਡੀ ਜਿਹੜੀ ਆ ਘੱਟ ਜਾਣੀ ਹੈਗੀ ਆ। ਤੇ ਦੂਸਰੇ ਪਾਸੇ ਜਿਹੜੀ ਡੈਮੋਕ੍ਰੇਟਿਕ ਪਾਰਟੀ ਇਹ ਕਹਿ ਰਹੀ ਆ ਵੀ ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੀ ਆ ਉਹਨਾਂ ਦੀ ਜਿਹੜੀ ਕਵਰੇਜ ਆ ਉਹ ਘੱਟ ਜਾਣੀ ਹੈਗੀ ਆ। ਬਿਲਕੁਲ ਬਿਲਕੁਲ, ਕੁਛ ਨਾ ਕੁਛ ਦੇਖੋ ਜਦੋਂ ਚੇਂਜਸ ਆਉਂਦੇ ਆ ਤੇ ਕਈ ਤਰੀਕੇ ਦੇ ਨਾਲ ਜਿਹੜੇ ਉਹ ਇਫੈਕਟ ਹੁੰਦੇ ਆ। ਬਾਕੀ ਜਿਹੜੀ ਇੱਕ ਚੀਜ਼ ਜਿਹੜੀ ਇਹਨਾਂ ਨੇ ਪੈਨਲਟੀ ਹੁਣ ਨਹੀਂ ਰੱਖੀ ਸੀ ਉਹਦੇ ਨਾਲ ਇੱਦਾਂ ਸੀਗਾ ਹਰਜੋਤ ਸਿੰਘ ਵੀ ਜਦੋਂ ਪੈਨਲਟੀ ਹੁੰਦੀ ਸੀ ਤਾਂ ਬੰਦਾ ਡਰਦਾ ਮਾਰਾ ਜਾਂ ਜਿੱਦਾਂ ਵੀ ਆ ਇੰਸ਼ੋਰੈਂਸ ਲੈ ਲੈਂਦਾ ਸੀ, ਜਿਹਦੇ ਵਿੱਚ ਨੌਜਵਾਨ ਜਿਹੜੇ ਆ ਉਹ ਜ਼ਿਆਦਾ ਲੈ ਲੈਂਦੇ ਸੀਗੇ ਵੀ ਉਹ ਲੈ ਲਓ। ਉਹਦੇ ਕਰਕੇ ਫਿਰ ਜਿਹੜੇ ਜਿਨ੍ਹਾਂ ਦੀਆਂ ਜ਼ਿਆਦਾ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਆ ਖਾਸ ਕਰਕੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਜਿਹੜੀ ਆ ਪ੍ਰੀਮੀਅਮ ਜਿਹੜੇ ਇਸ ਦੇ ਨਾਲ ਥੋੜ੍ਹਾ ਕਵਰ ਹੋ ਜਾਂਦਾ ਸੀ। ਜੇ ਪੈਨਲਟੀਜ਼ ਨਹੀਂ ਹੋਣਗੀਆਂ, ਮੈਂਡੇਟਰੀ ਨਹੀਂ ਹੋਵੇਗਾ ਸਾਰਿਆਂ ਨੂੰ ਲੈਣਾ, ਤਾਂ ਹੋ ਸਕਦਾ ਆ ਵੀ ਇਹ ਜਿਹੜੀ ਗੱਲ ਆ ਇਸ ਦੇ ਲਈ ਜਿਹੜੀ ਆ ਪੁੱਠੀ ਜਿਹੜੀ ਆ ਉਹ ਜਾ ਸਕਦੀ ਆ। ਬਾਕੀ ਇਹ ਆਉਣ ਵਾਲਾ ਸਮਾਂ ਦੱਸੇਗਾ। ਅਜੇ ਤਾਂ ਹਾਲ ਦੀ ਘੜੀ ਇਹ 66 ਪੇਜਾਂ ਦਾ ਇੱਕ ਨਵਾਂ ਲੈਜਿਸਲੇਟਿਵ ਜਿਹੜਾ ਇਹਨਾਂ ਨੇ ਇਹ ਲਿਆਂਦਾ ਆ। ਇਸ ਦੇ ਵਿੱਚ ਕਈ ਤਰੀਕੇ ਦੇ ਕਹਿੰਦੇ ਚੇਂਜਿਸ ਜਿਹੜੇ ਆ ਅਜੇ ਹੋਰ ਵੀ ਹੋਣੇ ਨੇ। ਬਸ ਇਹੀ ਚੀਜ਼ ਹਰਜੋਤ ਜੀ ਉਹ ਕਰਨਾ ਚਾਹੁੰਦੇ ਸੀਗੇ ਵੀ ਮੈਂ ਆਖਿਆ ਸੀਗਾ ਵੀ ਮੈਂ ਮਿਡ ਮਾਰਚ ਤੱਕ ਕੁਛ ਨਾ ਕੁਛ ਜਿਹੜਾ ਆ ਹਾਊਸ ਦੇ ਵਿੱਚ ਜਿਹੜਾ ਉਹ ਲੈ ਕੇ ਜਾਵਾਂ
ਤਾਂ ਜੋ ਬਾਅਦ ਚ ਮੈਨੂੰ ਇਹ ਨਾ ਕਹਿਣ ਵੀ ਆਪਣੇ ਵਾਅਦੇ ਤੋਂ ਜਿਹੜਾ ਉਹ ਮੁੱਕਰ ਗਿਆ ਆ, ਲੋਕ ਏਦਾਂ ਨਾ ਕਹਿਣ ਉਸਨੂੰ। ਅਤੇ ਇਹ ਇਹ ਚੀਜ਼ ਜਿਹੜੀ ਆ ਹੋਰ ਹੈਗੀ ਆ, ਜਿਹੜਾ ਹਰਜੋਤ ਜੀ ਵੀ ਇਸ ਨੂੰ ਜਿਹੜਾ ਲਾਗੂ ਕਰਦੇ ਆ ਜੇ ਸਾਲ ਦੋ ਸਾਲ ਜਿਹੜੇ ਆ ਉਹ ਈਜ਼ੀਲੀ ਜਿਹੜੇ ਆ ਉਹ ਲੱਗ ਜਾਣੇ ਨੇ। ਇਸ ਨੂੰ ਪਾਸ ਹੋਣ ਦੇ ਲਈ 60 ਸੈਨੇਟਰਸ ਦੀ ਹਰਜੋਤ ਸਿੰਘ ਜੀ ਆਪਾਂ ਆਈ ਥਿੰਕ ਜ਼ਰੂਰਤ ਹੋਣੀ ਆ। ਤੇ ਅਜੇ ਤੱਕ ਜਿਹੜੇ 4 ਸੈਨੇਟਰ ਜਿਹੜੇ ਰਿਪਬਲਿਕਨਸ ਆ ਉਹ ਵੀ ਅਪਸੈਟ ਹੈਗੇ, ਇੰਨਾ ਵਿਰੋਧ ਚ ਨਹੀਂ, ਉਹ ਕਹਿੰਦੇ ਵੀ ਇਹਦੇ ਚ ਅਮੈਂਡਮੈਂਟ ਹੋਣੀ ਚਾਹੀਦੀ, ਬਹੁਤ ਜ਼ਰੂਰੀ ਆ, ਜਿਸ ਤਰ੍ਹਾਂ ਸੈਨੇਟਰ ਰੂਬੀਓ ਹੈਗੇ ਆ। ਸੋ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਇਹ ਪਾਸ ਹੁੰਦਾ ਹੈ। ਤੇ ਮੈਡੀਕੇਡ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਕਾਫੀ ਕਹਿੰਦੇ ਚੇਂਜਸ ਆਣੀਆਂ, 31 ਸਟੇਟਾਂ ਇਹਦੇ ਵਿੱਚ ਪਾਰਟੀਸਪੇਟ ਕਰਦੀਆਂ ਸੀ ਅਫੋਰਡੇਬਲ ਕੇਅਰ ਐਕਟ ਦੇ ਵਿੱਚ, ਜਿਹਦੇ ਨਾਲ 11 ਮਿਲੀਅਨ ਲੋ ਇਨਕਮ ਲੋਕ ਜਿਹੜੇ ਆ ਉਹ ਵੀ ਉਹਨਾਂ ਨੂੰ ਓਬਾਮਾ ਕੇਅਰ ਮਿਲੀ ਸੀਗੀ। ਮੈਂ ਰਿਪੋਰਟ ਪੜ੍ਹ ਰਿਹਾ ਸੀਗਾ ਹਰਜੋਤ ਸਿੰਘ ਜੀ ਵੀ ਇਹ ਓਬਾਮਾ ਕੇਅਰ ਜਿਹੜਾ ਅਫੋਰਡੇਬਲ ਜਿਹੜਾ ਕੇਅਰ ਐਕਟ ਸੀਗਾ ਉਸ ਤੋਂ ਪਹਿਲਾਂ ਤਕਰੀਬਨ 45 ਮਿਲੀਅਨ ਲੋਕ ਜਿਹੜੇ ਟੋਟਲੀ ਅਨਇੰਸ਼ੋਰਡ ਸੀਗੇ, ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਹੈਲਥ ਇੰਸ਼ੋਰੈਂਸ ਮੌਜੂਦ ਨਹੀਂ ਸੀਗੀ, ਉਹਨਾਂ ਦੇ ਲਈ ਕੁਛ ਵੀ ਨਹੀਂ ਸੀਗਾ, ਚਾਹੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕਰਕੇ ਉਹਨਾਂ ਨੂੰ ਨਹੀਂ ਸੀ ਦਿੱਤੀਆਂ ਜਾਂਦੀਆਂ ਜਾਂ ਪ੍ਰੀਮੀਅਮ ਬਹੁਤ ਹਾਈ ਸੀਗੇ। ਪਰ ਉਹ ਓਬਾਮਾ ਕੇਅਰ ਆਉਣ ਦੇ ਨਾਲ ਤਕਰੀਬਨ 25 ਮਿਲੀਅਨ ਲੋਕਾਂ ਨੇ ਜਿਹੜੀ ਇੰਸ਼ੋਰੈਂਸ ਦੇ ਵਿੱਚ ਜਿਹੜਾ ਆ ਅਨਰੋਲ ਕੀਤਾ, ਜਿਸ ਕਰਕੇ ਓਵਰਆਲ ਜਿਹੜੇ ਆ ਜ਼ਿਆਦਾ ਲੋਕ ਜਿਹੜੇ ਆ ਉਹ ਇੰਸ਼ੋਰਡ ਜਿਹੜੇ ਆ ਉਹ ਹੋ ਗਏ ਸੀਗੇ, ਜੋ ਕਿ ਇੱਕ ਚੰਗੀ ਗੱਲ ਵੀ ਆ। ਪਰ ਇੱਕ ਜਿਹੜੀ ਕਈ ਖਾਸ ਕਰਕੇ ਕਾਉਂਟੀਜ਼ ਦੇ ਵਿੱਚ ਜਿੱਥੇ ਜਿੱਥੇ ਇੱਕ ਅੱਧੀ ਹੀ ਕੰਪਨੀ ਹੁੰਦੀ ਸੀ ਉਹ ਆਪਣੀਆਂ ਮਨ ਮਰਜ਼ੀਆਂ ਵੀ ਕਰਦੀਆਂ ਸੀ। ਇਸ ਦੇ ਵਿੱਚ ਇਹਨਾਂ ਨੇ ਕਿਹਾ ਅਸੀਂ ਬਾਰਡਰਸ ਓਪਨ ਕਰ ਦੇਣੇ ਆ, ਵੀ ਜੇ ਕੋਈ ਕੰਪਨੀ ਆ ਜੇ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਵੀ ਆਪਣੇ ਪਲਾਨਸ ਦੇਣਾ ਚਾਹੁੰਦੀ ਆ ਤਾਂ ਉਹ ਪਲਾਨ ਜਿਹੜੇ ਆ ਉਹ ਦੇ ਸਕਦੀ ਆ। ਇਹ ਆਉਣ ਵਾਲਾ ਹੁਣ ਸਮਾਂ ਦੱਸੇਗਾ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜੀ ਮਾਰਕੀਟ ਪਲੇਸ ਆ ਉਹ ਬਣੇਗੀ। ਉਹਦੇ ਵਿੱਚ ਰਾਜਕੁਮਾਰ ਜੀ ਇਹ ਵੀ ਹੋਇਆ ਵੀ ਕਈ ਪਰਿਵਾਰ ਜਿਹੜੇ ਉਹਨਾਂ ਨੂੰ $1,500 ਪਰ ਮੰਥ ਜਿਹੜੀ ਸਬਸਿਡੀ ਮਿਲਦੀ ਸੀ, $18,000 ਪਰਿਵਾਰ ਦੀ ਹੋ ਗਈ ਇੱਕ ਸਾਲ ਦੀ। ਸੋ ਜੇ $18,000 ਇੱਦਾਂ ਪਰਿਵਾਰਾਂ ਦੀ ਹੋ ਗਈ ਸਬਸਿਡੀ ਤਾਂ ਗਵਰਨਮੈਂਟ ਕਿੱਦਾਂ ਸਰਵਾਈਵ ਕਰੂਗੀ, ਕਿੱਥੋਂ ਪੈਸੇ ਲੈ ਕੇ ਆਊਗੇ। ਦੂਸਰਾ ਕੀ ਹੋਇਆ ਵੀ ਜਦੋਂ ਓਬਾਮਾ ਕੇਅਰ ਨਹੀਂ ਹੁੰਦੀ ਸੀ ਉਸ ਟਾਈਮ ਤੇ ਜਾਂ ਤਾਂ ਜਿਹੜੇ ਜਿੱਥੇ ਤੁਸੀਂ ਕੰਮ ਕਰਦੇ ਆ ਕੰਪਨੀਆਂ ਤੁਹਾਨੂੰ ਦਿੰਦੀ ਸੀ ਹੈਲਥ ਇੰਸ਼ੋਰੈਂਸ ਜਾਂ ਤੁਸੀਂ ਪ੍ਰਾਈਵੇਟਲੀ ਬਾਈ ਕਰਦੇ ਸੀ, ਪ੍ਰੀਮੀਅਮ ਬੜਾ ਘੱਟ ਹੁੰਦਾ ਸੀ ਜਿਹੜਾ ਉਸ ਟਾਈਮ ਤੇ। ਮੰਨ ਲਓ ਵੀ ਇੱਕ 30 ਸਾਲਾਂ ਦੇ ਬੰਦੇ ਦਾ 200 ਹੁੰਦਾ ਸੀ, ਹੁਣ ਉਹ $400 ਜਾਂ $500 ਆ। ਤੇ ਉਹਦੇ ਨਾਲ ਕੀ ਹੁੰਦਾ ਸੀ ਵੀ ਜਿਹਨਾਂ ਬੰਦਿਆਂ ਕੋਲ ਘੱਟ ਵੀ ਹੁੰਦੀ ਸੀ ਉਹ ਡਾਕਟਰ ਦੇ ਕੋਲ ਵੀ ਘੱਟ ਜਾਂਦੇ ਸੀ, ਜਾਂ ਜਿਹਨਾਂ ਨੇ ਹਾਈ ਕਵਰੇਜ ਹਾਈ ਡਿਡਕਟੀਬਲ ਕਵਰੇਜ ਲਈ ਸੀ ਡਾਕਟਰ ਦੇ ਕੋਲ ਜਾਂਦੇ ਸੀ। ਤੇ ਹੁਣ ਪ੍ਰੋਬਲਮ ਕੀ ਹੋਈ ਆ ਵੀ ਜਦੋਂ ਤੋਂ ਓਬਾਮਾ ਕੇਅਰ ਹੋ ਗਈ ਆ, ਜਦੋਂ ਹਰ ਇੱਕ ਦੇ ਕੋਲ ਕਾਰਡ ਆ ਗਿਆ, ਉਹ ਜੇ ਕਿਸੇ ਨੂੰ ਬੁਖਾਰ ਵੀ ਚੜਿਆ ਉਹ ਡਾਕਟਰ ਕੋਲ ਜਾਣ ਦੀ ਬਜਾਏ ਸਿੱਧਾ ਹਸਪੀਟਲ ਜਾਂਦਾ। ਸੋ ਸਿੱਧਾ ਹਸਪੀਟਲ ਜਾਣ ਦਾ ਮਤਲਬ ਇਹ ਆ ਵੀ ਜੇ ਤੁਸੀਂ 2 ਘੰਟੇ ਵੀ ਹਸਪਤਾਲ ਚਲੇ ਗਏ ਤੇ 10,000 ਤੋਂ ਉੱਤੇ ਤੁਹਾਡਾ ਬਿੱਲ ਬਣ ਜਾਂਦਾ। ਸੋ ਜਿਹੜਾ ਨੰਬਰ 1 USA ਦੇ ਵਿੱਚ ਬੈਂਕਰਪਸੀ ਦਾ ਕਾਰਨ ਸੀ ਉਹ ਹੈਲਥ ਇੰਸ਼ੋਰੈਂਸ ਦਾ ਨਾ ਹੋਣਾ ਹੀ ਕਾਰਨ ਸੀ। ਬਹੁਤ ਸਾਰੇ ਲੋਕਾਂ ਕੋਲ ਹੈਲਥ ਇੰਸ਼ੋਰੈਂਸ ਹੁੰਦੀ ਨਹੀਂ ਸੀ, ਤੇ ਜਦੋਂ ਕਿਤੇ ਬੰਦਾ ਬਿਮਾਰ ਹੋ ਜਾਂਦਾ ਸੀ 4-5 ਦਿਨ ਵੀ ਹਸਪਤਾਲ ਰਹੇ ਉਹ $1.5 ਲੱਖ ਦਾ ਬਿੱਲ ਬਣ ਜਾਂਦਾ ਸੀ ਤੇ ਉਹ ਤੁਹਾਨੂੰ ਦੇ ਨਹੀਂ ਹੁੰਦਾ ਸੀ, ਫਿਰ ਤੁਹਾਨੂੰ ਉਹ ਬੈਂਕਰਪਸੀ ਕਰਨੀ ਪੈਂਦੀ ਸੀ। ਸੋ ਉਹਦੇ ਲਈ ਇਹ ਫਾਇਦਾ ਸੀਗਾ। ਪਰ ਇਸ ਇਹਦੇ ਨਾਲ ਕੀ ਹੋਇਆ ਵੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਦਾ ਬਹੁਤ ਸਾਰੇ ਨੁਕਸਾਨ ਹੋਇਆ, ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਬੈਂਕਰਪਟ ਵੀ ਹੋ ਗਈਆਂ। ਤੇ ਇਹਦੇ ਨਾਲ ਕੀ ਹੋਇਆ ਵੀ ਕਈ ਸਟੇਟਸ ਦੇ ਵਿੱਚ ਜੇ 12 ਕੰਪਨੀਆਂ ਸੀਗੀਆਂ ਆਫਰ ਕਰਦੀਆਂ ਉਹ 2 ਹੀ ਰਹਿ ਗਈਆਂ, ਉਹਨਾਂ ਨੇ ਫਿਰ ਪ੍ਰੀਮੀਅਮ ਚੱਕ ਦਿੱਤਾ। ਸੋ ਅਲਟੀਮੇਟਲੀ ਜਿੱਦਾਂ ਇਹ ਕਾਫੀ ਕੰਪਲੀਕੇਟਡ ਹੈਗਾ ਆ। ਜੀ ਬਿਲਕੁਲ, ਤੇ ਦੇਖ ਹੀ ਰਹੇ ਸੀਗੇ, ਬਿਆਨ ਵੀ ਆਇਆ ਸੀਗਾ ਰਿਪਬਲਿਕਨਸ ਦਾ, ਕਹਿੰਦੇ ਵੀ ਹੈਲਥ ਕੇਅਰ ਦੇ ਉੱਤੇ ਉਹ ਹੁਣ ਕਰ ਤਾਂ ਰਹੇ ਨੇ ਪਰ ਕਹਿੰਦੇ ਇਟ ਵੋਂਟ ਬੀ ਈਜ਼ੀ, ਉਹ ਕੰਮ ਜਿਹੜਾ ਉਹ ਸੌਖਾ ਨਹੀਂ ਹੋਵੇਗਾ। ਆਪਣੇ ਨਾਲ ਕੁਛ ਕਾਲਰ ਜੁੜੇ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਤੁਸੀਂ ਵੀ ਸਰੋਤੇ ਜੇ ਕੋਈ ਵਿਚਾਰ ਰੱਖਣਾ ਚਾਹੁੰਦੇ ਹੋ ਜ਼ਰੂਰ ਕਾਲ ਕਰੋ 408-272-5200 ਦੇ ਉੱਤੇ। ਰਾਜਾ ਜੀ ਜੁੜੇ ਨੇ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂ ਜੀ, ਤੁਹਾਨੂੰ ਦਿੰਦੇ ਹਾਂ ਜੀ। ਜੀ ਬਿਲਕੁਲ, ਰਾਜਾ ਜੀ ਦੱਸਦੇ ਜਾਈਏ ਵੀ ਜਦੋਂ ਡੀਐਮਵੀ ਨੇ ਕੁਛ ਚਿਰ ਪਹਿਲਾਂ ਜਿਹੜਾ ਕੀਤਾ ਸੀ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਲੀਗਲ ਪ੍ਰੈਜੈਂਸ ਆ ਉਸ ਨੂੰ ਬਾਹਰ ਕੱਢ ਦਿੱਤਾ ਸੀ, ਜਿਹਦਾ ਵਰਕ ਪਰਮਿਟ ਦੇ ਉੱਤੇ ਉਹਨਾਂ ਨੇ ਦੇਣ ਤੋਂ ਪਹਿਲਾਂ ਉਹ ਅਪਡੇਟ ਕੀਤਾ ਵੀ ਉਹਨਾਂ ਨੂੰ ਨਹੀਂ ਹੋਵੇਗਾ। ਪਰ ਉਸ ਤੋਂ ਬਾਅਦ ਦੇ ਵਿੱਚ ਕਾਫੀ ਜਿਹੜੇ ਲੋਕਾਂ ਦੀਆਂ ਉਹਨਾਂ ਨੂੰ ਕਾਲਸ ਗਈਆਂ, ਖਾਸ ਕਰਕੇ ਵਰਕ ਪਰਮਿਟ ਵਾਲਿਆਂ ਦੀਆਂ, ਬਾਕੀਆਂ ਦੀਆਂ ਵੀ, ਕਿਉਂਕਿ ਇਕਾਨਮੀ ਦੇ ਉੱਤੇ ਇਸਦਾ ਇੱਕ ਬਹੁਤ ਵੱਡਾ ਅਸਰ ਤੇ ਮਾੜਾ ਅਸਰ ਪੈਣਾ ਸੀ। ਹੁਣ ਇਹਨਾਂ ਨੇ ਜਿਹੜੀ ਇਹ ਚੀਜ਼ ਐਡ ਕਰ ਦਿੱਤੀ ਆ ਲੀਗਲ ਪ੍ਰੈਜੈਂਸ ਨੂੰ, ਜਿਹੜਾ ਡੀਐਮਵੀ ਨੇ ਉਹਨਾਂ ਨੇ ਐਡ ਕਰ ਦਿੱਤਾ ਆ। ਸੋ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੋਣਗੇ
ਉਹਨਾਂ ਨੂੰ ਵੀ ਰੀਨਿਊ ਤੇ ਨਵੇਂ ਲਾਇਸੈਂਸ ਬਣਾਉਣ ਦਾ ਮੌਕਾ ਜਿਹੜਾ ਉਹ ਦਿੱਤਾ ਜਾਵੇਗਾ, ਬਸ਼ਰਤੇ ਤੁਸੀਂ ਕੈਲੀਫੋਰਨੀਆ ਦੀ ਰੈਜ਼ੀਡੈਂਸੀ ਜਿਹੜੀ ਆ ਉਹ ਤੁਸੀਂ ਸ਼ੋਅ ਕਰ ਸਕੋ। ਇਹ ਬਹੁਤ ਵਾਰੀ ਆਪਾਂ ਡਿਸਕਸ ਕਰ ਚੁੱਕੇ ਰਾਜਕਨਵੀਰ ਜੀ, ਆਪਾਂ ਘੱਟੋ ਘੱਟ 3-4 ਵਾਰੀ ਇਹਦੇ ਉੱਤੇ ਸ਼ੋਅ ਕਰ ਚੁੱਕੇ ਆ ਜੀ। ਸੋ ਬੇਸਿਕਲੀ ਸੋ ਜੇ ਦੱਸਦੀ ਹੈ ਵੀ ਵਰਕ ਪਰਮਿਟ ਦੇ ਉੱਤੇ ਜ਼ਰੂਰ ਜਿਹੜਾ ਜੀ ਹੁਣ ਤੁਹਾਨੂੰ ਜਿਹੜੇ ਲਾਇਸੈਂਸ ਮਿਲ ਜਾਇਆ ਕਰਨਗੇ। ਤੇ ਅਗਲੇ ਆਪਾਂ ਜਿਹੜਾ ਹਰਜੋਤ ਜੀ ਇੱਕ ਗੱਲ ਹੋਰ ਜਿਹੜੀ ਕਰੀਏ ਆਪਾਂ ਰਾਈਟ ਨੋ ਓਬਾਮਾ ਕੇਅਰ ਤੋਂ ਟਰੰਪ ਕੇਅਰ ਵੱਲ ਨੂੰ ਜਿਹੜਾ ਅਮਰੀਕਾ ਹੈ ਉਹ ਚਾਹ ਰਿਹਾ ਹੈ। ਸੋ ਦੇਖਦੇ ਹਾਂ ਵੀ ਇਸ ਨੂੰ ਟਰੰਪ ਕੇਅਰ ਹੀ ਕਿਹਾ ਜਾਵੇਗਾ ਜਾਂ ਕੀ, ਪਰ ਜੋ ਲੱਗ ਰਿਹਾ ਹਾਲਾਤ ਨੇ ਵੀ ਉਹ ਚਾਹੁੰਦੇ ਤੇ ਹੈਗੇ ਆ ਵੀ ਉਹਨਾਂ ਦਾ ਨਾਂ ਕਿਤੇ ਨਾ ਕਿਤੇ ਜਿਹੜਾ ਉਹ ਜ਼ਰੂਰ ਰਵੇ ਤੇ ਉਹ ਜ਼ਰੂਰ ਆਪਣਾ ਨਾਮ ਚਮਕਾਉਣਾ ਚਾਹੁੰਦੇ ਨੇ, ਪਰ ਦੇਖਦੇ ਹਾਂ ਵੀ ਲੋਕਾਂ ਦੇ ਲਈ ਇਹ ਕਿਸ ਤਰੀਕੇ ਦੇ ਨਾਲ ਜਿਹੜੀ ਆ ਟਰੰਪ ਕੇਅਰ ਆ ਜਿਹੜੀ ਹੋਵੇਗੀ, ਕਿਉਂਕਿ ਜਿਹੜੇ ਟੌਮ ਪ੍ਰਾਈਸ ਆ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਉਹਨੇ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਲਈ ਜਿਹੜਾ ਉਹਨਾਂ ਨੇ ਰੱਖਿਆ ਆ ਉਸ ਦੇ ਵਿੱਚ ਉਹ ਸ਼ੁਰੂ ਤੋਂ ਹੀ ਓਬਾਮਾ ਕੇਅਰ ਦੇ ਬੜੇ ਕੱਟੜ ਵਿਰੋਧੀ ਜਿਹੜੇ ਉਹ ਰਹੇ ਨੇ। ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਟੌਮ ਪ੍ਰਾਈਸ ਨੂੰ ਤਾਂ ਹੀ ਆਪਣੀ ਕੈਬਨਿਟ ਦੇ ਵਿੱਚ ਜਿਹੜਾ ਲਿਆਂਦਾ ਆ ਵੀ ਇਸ ਨੂੰ ਜਿਹੜਾ ਉਹ ਕਿਸ ਤਰੀਕੇ ਨਾਲ ਰਿਪਲੇਸ ਤੇ ਰਿਪੀਲ ਜਿਹੜੇ ਆ ਉਹ ਕਰ ਸਕਦੇ ਨੇ। ਸੋ ਬਹੁਤ ਸਾਰੀਆਂ ਸਟੇਟਸ ਜਿਹੜੀਆਂ ਉਹਨਾਂ ਨੇ ਪਾਰਟੀਸਿਪੇਟ ਵੀ ਨਹੀਂ ਕੀਤਾ ਸੀ, ਲਗਭਗ 18 ਦੇ ਕਰੀਬ ਸਟੇਟਸ ਸੀਆਂ ਜਿਹਨਾਂ ਨੇ ਓਬਾਮਾ ਕੇਅਰ ਚ ਪਾਰਟੀਸਿਪੇਟ ਨਹੀਂ ਕੀਤਾ ਸੀ, ਤੇ ਹੁਣ 9 ਦੇ ਕਰੀਬ ਸਟੇਟਸ ਉਦਾਂ ਦੀਆਂ ਹੈਗੀਆਂ ਆ ਜਿਹੜੀਆਂ ਜਿਹਨਾਂ ਨੂੰ ਰੈੱਡ ਸਟੇਟਸ ਕਹਿੰਦੇ ਆ, ਜਿਨ੍ਹਾਂ ਦੇ ਵਿੱਚ 2 ਸਾਲਾਂ ਬਾਅਦ ਇਲੈਕਸ਼ਨ ਵੀ ਆਣੀ ਆ ਖਾਸ ਕਰਕੇ ਕਾਂਗਰਸਮੈਨਾਂ ਦੀ। ਤੇ ਸੋ ਰਿਪਬਲਿਕਨ ਪਾਰਟੀ ਇਹ ਵੀ ਨਹੀਂ ਚਾਹੁੰਦੀ ਵੀ ਉਹ ਕਿਸੇ ਤਰ੍ਹਾਂ ਦਾ ਨਾਲ ਆਪਣਾ ਜਿਹੜਾ ਪੋਲੀਟੀਕਲ ਨੁਕਸਾਨ ਵੀ ਹੋਵੇ ਵੀ ਉਹ ਜੇ ਇਹਨੂੰ ਓਬਾਮਾ ਕੇਅਰ ਰਿਪੀਲ ਕਰਕੇ ਜੇ ਕੋਈ ਨਿਕੰਮੀ ਤਰ੍ਹਾਂ ਦਾ ਪ੍ਰੋਗਰਾਮ ਨਿਕੰਮੀ ਇੰਸ਼ੋਰੈਂਸ ਆਈ ਤੇ ਉਹਦੇ ਨਾਲ ਉਹਨਾਂ ਦੀਆਂ ਜਿਹੜੀਆਂ ਵੋਟਾਂ ਨਾ ਚਲੇ ਜਾਣ। ਬਿਲਕੁਲ ਬਿਲਕੁਲ ਇਹ ਜ਼ਰੂਰ ਡਰ ਹੈਗਾ। ਕਹਿੰਦੇ ਦੇਖੋ ਜੀ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ ਕੋਈ ਵੀ ਜਿਹੜੀਆਂ ਪਾਲਿਸੀਜ਼ ਬਣਦੀਆਂ ਉਹ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੀ ਬਣਦੀਆਂ ਆ ਵੀ ਉਹਨਾਂ ਦੇ ਮੈਜੋਰਟੀ ਜਿਹੜੇ ਸਪੋਰਟਰ ਆ ਉਹ ਕਿਸ ਚੀਜ਼ ਨੂੰ ਲਾਈਕ ਕਰਦੇ ਨੇ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਬਣਾਇਆ ਜਾਂਦਾ ਆ। ਤੇ ਹਰਜੋਤ ਸਿੰਘ ਜੀ ਆਪਾਂ ਅਗਲੀਆਂ ਗੱਲਾਂ ਬਾਤਾਂ ਵੀ ਇੱਦਾਂ ਜਾਰੀ ਰੱਖਾਂਗੇ, ਪਰ ਇੱਕ ਕਾਲਰ ਆਪਣੇ ਨਾਲ ਜੁੜੇ ਨੇ ਪਲਵਿੰਦਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਠੀਕ ਹੈ, ਓਕੇ ਜੀ ਜੀ ਓਕੇ ਥੈਂਕ ਯੂ ਜੀ। ਬਿਲਕੁਲ ਇਹਦੇ ਬਾਰੇ ਰਾਜਕਰਨਵੀਰ ਸਿੰਘ ਜੀ ਸਾਨੂੰ ਕੋਈ ਪਤਾ ਨਹੀਂ ਹੈ ਕਿਉਂਕਿ ਅਸੀਂ ਹਮੇਸ਼ਾ ਸਾਂਝੀ ਕਰਦੇ ਰਹਿੰਦੇ ਵੀ ਅਸੀਂ ਵਕੀਲ ਨਹੀਂ ਹੈਗੇ ਜੀ ਜੀ, ਤੇ ਤੁਸੀਂ ਵਕੀਲ ਦੇ ਨਾਲ ਇਹ ਸਲਾਹ ਕਰ ਸਕਦੇ ਆ, ਪਰ ਇੱਦਾਂ ਦੀ ਏਜ ਬਾਰੇ ਕੋਈ ਖਬਰ ਨਹੀਂ ਆਈ। ਅਗਰ ਕਿਸੇ ਤਰ੍ਹਾਂ ਦੀ ਕੋਈ ਖਬਰ ਇਮੀਗ੍ਰੇਸ਼ਨ ਬਾਰੇ ਆਈ ਜਾਵੇ ਤੇ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਜੀ। ਬਲਵਿੰਦਰ ਕੌਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਗਿਣਤੀ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਅਜੇ ਬਦਲਾਅ ਨਹੀਂ ਆਇਆ, ਇੱਕ ਬਿੱਲ ਜਿਹੜਾ ਉਹ ਜ਼ਰੂਰ ਚੱਲ ਰਿਹਾ ਆ ਉਹ ਆ ਸਕਦਾ ਆ ਜਿਸ ਦੇ ਵਿੱਚ ਜਿਹੜਾ ਅਮਰੀਕਾ ਜਿੰਨੇ ਸਾਲ ਦੇ ਵਿੱਚ ਗ੍ਰੀਨ ਕਾਰਡ ਦਿੰਦਾ ਆ ਅਪਰੂਵ ਕਰਦਾ ਆ ਉਹਨਾਂ ਦੀ ਗਿਣਤੀ ਜਿਹੜੀ ਆ ਸਲੈਸ਼ ਕਰਕੇ 50% ਕਰਨ ਦੀ ਜਿਹੜੀ ਗੱਲ ਆ ਉਹ ਆ ਰਹੀ ਆ। ਅਜੇ ਉਹ ਬਿੱਲ ਆਇਆ ਨਹੀਂ, ਅਜੇ ਉਹ ਬਿੱਲ ਜਿਹੜਾ ਉਹ ਪਾਸ ਨਹੀਂ ਹੋਇਆ, ਪਰ ਇਹ ਬਾਈ ਪਾਰਟੀਜ਼ਨ ਬਿੱਲ ਇੱਕ ਜਿਹੜਾ ਉੱਧਰ ਆ ਰਿਹਾ ਆ। ਓਬਾਮਾ ਕੇਅਰ ਦੀ ਜਗ੍ਹਾ ਤੇ ਕੀ ਕੋਈ ਪ੍ਰਾਈਵੇਟ ਇੰਸ਼ੋਰੈਂਸ ਆਵੇਗੀ ਇਹਦੇ ਬਾਰੇ ਤਾਂ ਪਤਾ ਨਹੀਂ, ਕਿਉਂਕਿ ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਵੀ ਦੱਸਿਆ ਵੀ ਡਿਪੈਂਡ ਕਰਦਾ ਵੀ ਕਿਹੜੀ ਸਟੇਟ ਜਿਹੜੀ ਆ ਉਸ ਚੀਜ਼ ਦੇ ਵਿੱਚ ਹੋਵੇਗੀ, ਕੀ ਸਾਰੀਆਂ ਦੀਆਂ ਸਾਰੀਆਂ ਸਟੇਟਸ ਨੂੰ ਇਹ ਮੈਂਡੇਟਰੀ ਹੋਵੇਗਾ, ਇਹ ਜਿਹੜਾ ਆ ਉਹ ਅਜੇ ਸਮਾਂ ਦੱਸੇਗਾ। ਪਰ ਉਸ ਦੇ ਵਿੱਚ ਉਹ ਕੀ ਕਰ ਰਹੇ ਨੇ ਉਹ ਉਹਨਾਂ ਨੇ ਥੋੜੀ ਥੋੜੀ ਜਿਹੜੀ ਝਲਕ ਆ ਉਸ ਦੇ ਵਿੱਚ ਉਹ ਦਿੱਤੀ ਹੋਈ ਆ। ਸੋ ਮੋਸਟਲੀ ਉਹ ਟਰਾਈ ਕਰ ਰਿਹਾ ਵੀ ਸਟੇਟਸ ਨੂੰ ਜ਼ਿਆਦਾ ਅਸੀਂ ਪੈਸੇ ਡਾਇਰੈਕਟਲੀ ਦਈਏ ਤੇ ਸਟੇਟ ਆਪਣੇ ਆਪ ਇਨਵੋਲਵ ਹੋਵੇ। ਤੇ ਕੈਲੀਫੋਰਨੀਆ ਵਾਲੇ ਵੀ ਕਹਿੰਦੇ ਸੀ ਵੀ ਅਸੀਂ ਆਪਣੀ ਇੱਕ ਤਰ੍ਹਾਂ ਨਾਲ ਇਹਦਾ ਰਿਪਲੇਸਮੈਂਟ ਲੈ ਕੇ ਆ ਰਹੇ ਹੈਗੇ ਆ, ਉਹਦੇ ਬਾਰੇ ਵੀ ਗੱਲਬਾਤ ਚੱਲ ਰਹੀ ਆ ਕੈਲੀਫੋਰਨੀਆ ਗਵਰਨਰ ਹਾਊਸ ਦੇ ਵਿੱਚ। ਸੋ ਇਹ ਤਾਂ ਹਜੇ ਕਾਫੀ ਲੰਮਾ ਟਾਈਮ ਲੱਗਣਾ, ਪਰ ਇਸ ਸਾਲ ਦੇ ਐਂਡ ਤੱਕ ਕਿਸੇ ਤਰ੍ਹਾਂ ਦੀ ਕੋਈ ਚੇਂਜ ਨਹੀਂ ਹੋਣੀ ਹੈਗੀ, ਜਿਨ੍ਹਾਂ ਕੋਲ ਓਬਾਮਾ ਕੇਅਰ ਹੈਗੀ ਆ ਉਹ ਉਸੇ ਤਰੀਕੇ ਨਾਲ ਚੱਲਦੀ ਰਹੇਗੀ ਜੀ। ਅਗਲੇ ਕਾਲਰ ਸੈਕਰਾਮੈਂਟੋ ਇਲਾਕੇ ਚੋਂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਜੀ ਜੀ
ਹਾਂਜੀ 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 ਜਲਦੀ ਜਲਦੀ ਜੀ ਜੇ ਇੰਟਰਵਿਊ ਤਾਂ ਤੁਹਾਨੂੰ ਦੇਣੀ ਪੈਣੀ ਆ ਤੇ ਇਹ ਚੀਜ਼ ਤੁਹਾਨੂੰ ਦੱਸ ਸਕਦੇ ਹਾਂ ਵੀ ਕਹਿੰਦੇ ਵੀ ਜੇ 15 ਸਾਲ ਕੇ 20 ਸਾਲ ਜਿਹੜਾ ਲਗਾਤਾਰ ਜੇ ਕੋਈ ਇੱਥੇ ਰਹਿੰਦਾ ਹੋਵੇ ਉਸ ਤੋਂ ਪਹਿਲਾਂ ਤਾਂ ਉਹ ਇੰਟਰਪ੍ਰੇਟਰ ਜਿਹੜਾ ਜੀ ਉਹ ਨਾਲ ਲੈ ਕੇ ਜਾ ਸਕਦੇ ਆ ਇਹ ਚੀਜ਼ ਪਰ ਇਹ ਵੀ ਸਾਨੂੰ ਪੂਰਾ ਪੱਕਾ ਨਹੀਂ ਪਤਾ ਪਰ ਤੁਸੀਂ ਕਿਸੇ ਵਕੀਲ ਦੇ ਨਾਲ ਗੱਲਬਾਤ ਕਰਿਓ ਜੀ ਬਿਲਕੁਲ ਤੇ ਆਪਾਂ ਜਿਹੜਾ ਸਰੋਤਿਓ ਪ੍ਰੋਗਰਾਮ ਨੂੰ ਇਦਾਂ ਜਿਹੜਾ ਜੀ ਉਹ ਜਾਰੀ ਰੱਖਣਾ ਆ ਇੱਕ ਹੋਰ ਜੋ ਸਿੰਘ ਜੀ ਆਪਣੀ ਇੱਕ ਖਬਰ ਆ ਰਹੀ ਸੀਗੀ ਟਵੀਟ ਕਰਨ ਦੇ ਵਿੱਚ ਮਾਹਰ ਨੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਕਈ ਤਰੀਕੇ ਦੇ ਟਵੀਟ ਕਰਦੇ ਆ ਜਿਸ ਦੇ ਵਿੱਚ ਕਈ ਤਰੀਕੇ ਦੀਆਂ ਉਹ ਕਰ ਦਿੰਦੇ ਵੀ ਵੋਟਰ ਫਰਾਡ ਹੋਇਆ ਆ ਵਾਇਰ ਟੈਪਿੰਗ ਹੋ ਗਈ ਆ ਹੁਣ ਉਹਨਾਂ ਨੇ ਟਵੀਟ ਕੀਤਾ ਵੀ ਜਿਹੜਾ ਗਿਟਮੋ ਆ ਗੁਆਂਟਾਨਾਮੋ ਬੇ ਆ ਉਸ ਦੇ ਵਿੱਚੋਂ ਜਿਹੜੇ ਡਿਟੇਨੀਜ ਜਿਹੜੇ ਛੱਡੇ ਗਏ ਆ ਉਹ ਜਿਹੜੇ ਸਭ ਤੋਂ ਜ਼ਿਆਦਾ ਕਹਿੰਦੇ ਰਾਸ਼ਟਰਪਤੀ ਓਬਾਮਾ ਨੇ ਛੱਡੇ ਤੇ ਉਹ ਸਾਰੇ ਜਾਣੇ ਮੁੜ ਕੇ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਜਿਹੜਾ ਜੀ ਉਹ ਜੁੜ ਚੁੱਕੇ ਨੇ 122 ਡਿਟੇਨੀ ਦੇ ਕਰੀਬ ਸੀਗੇ ਜਿਹੜੇ ਅੱਤਵਾਦੀ ਕਹਿੰਦੇ ਫੜਿਓ ਸੀ ਪਰ ਜਦੋਂ ਫੈਕਟ ਚੈੱਕ ਕੀਤੇ ਗਏ ਕਹਿੰਦੇ ਵੀ 122 ਦੇ ਵਿੱਚੋਂ ਜਿਹੜੇ ਮੈਜੋਰਟੀ 93% ਤਾਂ ਪ੍ਰੈਜ਼ੀਡੈਂਟ ਓਬਾਮਾ ਨੇ ਜਦੋਂ ਆਫਿਸ ਲਿਆ ਉਦੋਂ ਪਹਿਲਾਂ ਹੀ ਛੱਡ ਦਿੱਤੇ ਗਏ ਯਾਨੀ ਕਿ ਬੁਸ਼ ਦੇ ਸਮੇਂ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਜੀ ਉਹ ਛੱਡ ਦਿੱਤੇ ਗਏ ਸੀਗੇ ਤੇ ਉਹਨਾਂ ਦੇ ਵਿੱਚੋਂ ਕਹਿੰਦੇ ਵੀ ਇੱਕ ਰਿਪੋਰਟ ਆਈ ਸੀ 113 ਜਿਹੜੇ ਆ ਉਹ ਰੀਇੰਗੇਜ ਹੋ ਰਹੇ ਆ ਕਿਸੇ ਨਾ ਕਿਸੇ ਤਰ੍ਹਾਂ ਦੀ ਐਕਟੀਵਿਟੀ ਚ ਤੇ ਪਰ ਜਦੋਂ ਫੈਕਟ ਚੈੱਕ ਕੀਤੇ ਗਏ ਤੇ ਕਹਿੰਦੇ 30 ਉਹਨਾਂ ਦੇ ਵਿੱਚੋਂ ਆਲਰੇਡੀ ਮਰ ਚੁੱਕੇ ਆ 25 ਹਜੇ ਸਟਿਲ ਕਸਟਡੀ ਦੇ ਵਿੱਚ ਆ ਤੇ 67 ਰਹਿ ਗਏ ਉਹਨਾਂ ਦੇ ਵਿੱਚੋਂ ਤੇ ਜਿਹੜੇ 86 ਹੋਰ ਡਿਟੇਨੀ ਸੀਗੇ ਉਹ ਕਹਿੰਦੇ ਵੀ ਸਸਪੈਕਟਡ ਸੀਗੇ ਰੀਇੰਗੇਜਿੰਗ ਇਨ ਦਾ ਟੈਰਰਿਸਟ ਐਕਟੀਵਿਟੀ ਜੀ ਜੀ ਸੋ ਕਈ ਵਾਰੀ ਕੀ ਆ ਵੀ ਫੈਕਟ ਚੈੱਕ ਤੋਂ ਬਿਨਾਂ ਹੀ ਸਾਡੇ ਪ੍ਰੈਜ਼ੀਡੈਂਟ ਜਿਹੜੇ ਆ ਟਵੀਟ ਕਰ ਦਿੰਦੇ ਆ ਕਈ ਵਾਰੀ ਨਹੀਂ ਬਹੁਤ ਹੀ ਵਾਰੀ ਜਿਹੜਾ ਆਪਾਂ ਇਹ ਦੇਖਿਆ ਆ ਕਿਉਂਕਿ ਉਦੋਂ ਇੱਕ ਇਹਨਾਂ ਨੇ ਬੜੀ ਲੰਬੀ ਚੌੜੀ ਇੱਕ ਦਿਨ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਇਹਨਾਂ ਨੇ ਇਹ ਦਾਅਵਾ ਠੋਕਤਾ ਵੀ ਮੈਂ ਸਭ ਤੋਂ ਵੱਡੇ ਮਾਰਜਨ ਦੇ ਨਾਲ ਇਲੈਕਟੋਰਲ ਕਾਲਜ ਦੇ ਮਾਰਜਨ ਦੇ ਨਾਲ ਮੈਂ ਜਿੱਤਿਆ ਤੇ ਫਿਰ ਜਦੋਂ ABC ਦੇ ਇੱਕ ਪੱਤਰਕਾਰ ਨੇ ਕਿਹਾ ਵੀ ਨਹੀਂ ਤੁਹਾਡੇ ਤੋਂ ਜ਼ਿਆਦਾ ਓਬਾਮਾ ਨੂੰ ਮਿਲੇ ਤੁਹਾਡੇ ਤੋਂ ਜ਼ਿਆਦਾ ਬੁਸ਼ ਨੂੰ ਮਿਲੇ ਫਿਰ ਉਹ ਕਹਿਣ ਲੱਗੇ ਵੀ ਨਹੀਂ ਮੈਂ ਰਿਪਬਲਿਕਨ ਪਾਰਟੀ ਦੀ ਗੱਲ ਕਰ ਰਿਹਾ ਪਿਛਲੇ ਜਿਹੜੇ ਆ ਕਹਿੰਦੇ ਨਹੀਂ ਤੁਸੀਂ ਉਹਦੇ ਵਿੱਚ ਵੀ ਜਿਹੜੇ ਪਹਿਲੇ ਨੰਬਰ ਤੇ ਨਹੀਂ ਤੇ ਫਿਰ ਉਹ ਕਹਿਣ ਲੱਗੇ ਵੀ ਇਹ ਤਾਂ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ ਮੇਰੇ ਲੋਕਾਂ ਨੇ ਸੋ ਇਹ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਪ੍ਰੋਬਲਮ ਆ ਪਰ ਮੈਂ ਇਸ ਨੂੰ ਇਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਦੇਖਦਾ ਆ ਵੀ ਰਾਸ਼ਟਰਪਤੀ ਟਰੰਪ ਜਿੱਦਾਂ ਜਿੱਦਾਂ ਕੋਈ ਕਿਸੇ ਚੀਜ਼ ਦੇ ਵਿੱਚ ਘਰਨ ਜਾਣ ਲੱਗਦੇ ਨੇ ਤਾਂ ਉਹ ਕੋਈ ਨਵੀਂ ਸ਼ੁਰੂ ਦੀ ਜਿਹੜੀ ਇੱਦਾਂ ਦੀ ਜਿਹੜੀ ਉਹ ਜ਼ਰੂਰ ਛੱਡ ਦਿੰਦੇ ਨੇ ਵੀ ਸਾਰਿਆਂ ਦਾ ਜਿਹੜਾ ਧਿਆਨ ਆ ਟੋਟਲੀ ਡਾਈਵਰਟ ਜਿਹੜਾ ਆ ਉਹ ਕਰ ਦਿੱਤਾ ਜਾਂਦਾ ਆ ਤੇ ਉਹ ਜਦੋਂ ਡਾਈਵਰਟ ਹੋ ਜਾਂਦਾ ਆ ਸਾਰੇ ਦਾ ਸਾਰਾ ਧਿਆਨ ਤੇ ਸਾਰੇ ਜਣੇ ਉਹ ਗੱਲਾਂ ਜਿਹੜੀਆਂ ਛੱਡ ਕੇ ਆ ਉਹ ਹੋਰ ਪਾਸੇ ਨੂੰ ਹੁਣ ਆਪਾਂ ਦੇਖ ਰਹੇ ਸੀਗੇ ਵੀ ਜੈਪ ਸੈਸ਼ਨ ਦਾ ਕਿੰਨਾ ਰੌਲਾ ਪੈ ਰਿਹਾ ਸੀਗਾ ਰਸ਼ੀਅਨ ਸੰਬੰਧਾਂ ਨੂੰ ਲੈ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹ ਦੇਖਿਆ ਵੀ ਇਹਨਾਂ ਨੇ ਵਾਇਰ ਟੈਪਿੰਗ ਵਾਲੀ ਜਿਹੜੀ ਆ ਸ਼ੁਰਲੀ ਜਿਹੜੀ ਆ ਉਹ ਛੱਡ ਦਿੱਤੀ ਉਹ ਉਹਨਾਂ ਨੇ ਕਹਿ ਦਿੱਤਾ ਵੀ ਭਾਈ ਨਹੀਂ ਵਾਇਰ ਟੈਪਿੰਗ ਕੀਤੀ ਆ ਪ੍ਰੂਫ ਉਹਨਾਂ ਨੇ ਕੋਈ ਦਿਖਾਇਆ ਨਹੀਂ ਤੇ ਅੱਜ ਇਹਨਾਂ ਨੇ ਗੁਆਂਤਾਨਾਮੋ ਬੇ ਦੇ ਬਾਰੇ ਜਿਹੜੀ ਆ ਉਹ ਗੱਲ ਕਰ ਦਿੱਤੀ ਆ ਸੋ ਆਈ ਗੈਸ ਕਿਤੇ ਨਾ ਕਿਤੇ ਜਿਹੜਾ ਜੀ ਜ਼ਰੂਰ ਇਹ ਚਾਹੀਦਾ ਆ ਵੀ ਇਹ ਜਿੱਦਾਂ ਵੀ ਕੋਈ ਟਵੀਟ ਕਰਦੇ ਨੇ ਤਾਂ ਉਹ ਜ਼ਰੂਰ ਕਿਤੇ ਨਾ ਕਿਤੇ ਫੈਕਟ ਚੈੱਕ ਕਰਕੇ ਕਰਿਆ ਕਰਨ ਤੇ ਇਹ ਵੀ ਦੱਸਦੇ ਜਾਈਏ ਵੀ ਜਿਹੜੇ ਪ੍ਰੈਸ ਸਕੱਤਰ ਨੇ ਵਾਈਟ ਹਾਊਸ ਦੇ ਸ਼ੌਨ ਸਪਾਈਸਰ ਉਹਨਾਂ ਨੇ ਪਿਛਲੇ 3-4 ਦਿਨਾਂ ਤੋਂ ਜਿਹੜੀ ਆ ਕੈਮਰਿਆਂ ਤੋਂ ਬਗੈਰ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਉਹ ਕਰ ਰਹੇ ਨੇ ਕਹਿੰਦੇ ਵੀ ਕੋਈ ਵੀ ਕੈਮਰਾ ਅਲਾਊਡ ਨਹੀਂ ਆ ਉਹ ਲਾਈਵ ਜਿਹੜੀ ਆ ਉਹ ਨਹੀਂ ਦਿਖਾਈ ਜਾਂਦੀ ਤੇ ਜਦੋਂ ਉਹਨਾਂ ਨੂੰ ਇਹੀ ਚੀਜ਼ਾਂ ਦੇ ਬਾਰੇ ਪੁੱਛਿਆ ਗਿਆ ਰਾਸ਼ਟਰਪਤੀ ਟਰੰਪ ਦੇ ਖਾਸ ਕਰਕੇ ਜਿਹੜੇ ਟਵੀਟਸ ਦੇ ਬਾਰੇ ਕਹਿੰਦੇ ਵੀ ਆਈ ਵਿਲ ਲੈਟ ਟਵੀਟ ਸਪੀਕ ਫਾਰ ਇਟਸੈਲਫ ਉਹ ਆਪਣੇ ਆਪ ਜਿਹੜਾ ਜੀ ਉਸ ਦੇ ਉੱਤੇ ਕੋਈ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ ਕੋਈ ਉਹਨਾਂ ਨੇ ਕਿਹਾ ਨਹੀਂ ਵੀ ਇਹ ਗਲਤ ਆ ਜਾਂ ਠੀਕ ਆ ਉਹ ਕਹਿੰਦੇ ਵੀ ਜੋ ਵੀ ਹੈਗਾ ਭਾਈ ਇਹ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੈਂ ਤਾਂ ਹੁਣ ਰਾਸ਼ਟਰਪਤੀ ਨੂੰ ਜਿਹੜਾ ਜੀ ਉਧਰ ਕੀ ਜਿਹੜਾ ਜੀ ਉਹ ਕਹਿ ਸਕਦਾ ਬੇਸਿਕਲੀ ਇਹ ਗੱਲ ਜਿਹੜੀ ਆ ਉਹ ਦੇਖ ਰਹੇ ਸੀ ਸੋ ਰਾਜਕਨਵੀਰ ਜੀ ਆਪਾਂ ਬ੍ਰੇਕ ਲਵਾਂਗੇ ਬ੍ਰੇਕ ਤੋਂ ਪਹਿਲਾਂ ਇੱਕ ਜਿਹੜੀ ਹੋਰ ਮੈਂ ਖਬਰ ਨਿੱਕੀ ਜੀ ਸਾਂਝੀ ਕਰਨ ਜਾ ਰਿਹਾ ਜੀ ਵੀ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਹੋਰ ਟਵੀਟ ਕੀਤਾ ਵੀ ਜਿਹੜੀਆਂ ਡਰੱਗ ਦੀਆਂ ਪ੍ਰਾਈਸਿਸ ਆ ਜਿਹੜੀਆਂ ਦਵਾਈਆਂ ਦੀਆਂ ਪ੍ਰਾਈਸਿਸ ਆ ਉਹ ਅਸੀਂ ਇਦਾਂ ਦਾ ਸਿਸਟਮ ਉਹਦੇ ਉੱਤੇ ਵਰਕਆਊਟ ਕਰ ਰਹੇ ਹਾਂ ਜਿਹਦੇ ਨਾਲ ਉਹ ਪ੍ਰਾਈਸਾਂ ਘੱਟ ਜਾਣ ਤੇ ਕਹਿੰਦੇ ਵੀ ਉਹਨਾਂ ਦੇ ਟਵੀਟ ਆਉਣ ਦੀ ਦੇਰ ਸੀ ਵੀ ਉਸੇ ਟਾਈਮ ਤੇ ਬਹੁਤ ਸਾਰੀਆਂ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਦੇ ਸਟਾਕਸ ਆ ਖਾਸ ਕਰਕੇ ਮੇਲਿਨ ਪੈਰੀਗੋ ਐਲਰਜਨ ਇਹਨਾਂ ਦੇ ਜਿਹੜੇ ਸਟਾਕਸ ਆ ਇੱਕਦਮ ਜਿਹੜੇ ਥੱਲੇ ਡਿੱਗ ਪਏ ਜੀ ਸੋ ਸਾਰਿਆਂ ਨੂੰ ਡਰ ਲੱਗਾ ਹੋਣਾ ਪਤਾ ਨੀ ਵਾਕਿਆਂ ਜੇ ਪ੍ਰਾਈਸ ਘਟਾਤੇ ਤਾਂ ਸਾਡਾ ਬਣੂਗਾ ਕੀ ਸੋ ਸਰੋਤਿਓ ਇੱਦਾਂ ਹੀ ਜੁੜੇ ਰਹੋ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਵਾਪਸ ਆਉਂਦੇ ਹਾਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਹੋਰ ਖਬਰਾਂ ਦੇ ਨਾਲ ਜਿਹੜਾ ਜੀ ਉਹ ਤੁਹਾਨੂੰ ਆਪਾਂ ਜਾਣੂ ਕਰਵਾਵਾਂਗੇ ਤੁਸੀਂ ਵੀ ਜਿਹੜੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ 4282752 ਦੇ ਉੱਤੇ ਮਿਲਦੇ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ
ਆਵਾਜ਼ ਨਹੀਂ ਆ ਰਹੀ। ਵਰਕ ਪਰਮਿਟ ਨੌਰਥ ਵੈਸਟ ਵਕੀਲ ਨੂੰ ਕਿਉਂਕਿ ਅੱਛਾ ਉਹ ਪਹਿਲਾਂ ਹੀ ਸਲਾਹ ਕਰਕੇ ਆ ਰਹੇ ਨੇ ਵੀ ਓਵਰਸਟੇ ਕਰਨਾ ਹੈ, ਉਹ ਵੀ ਸਿਰਫ $1,000 ਦੇ ਵਿੱਚ ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਬਾਹਰਲੀ ਸਟੇਟ ਤੋਂ ਆਏ ਵਿਦਿਆਰਥੀਆਂ ਨੂੰ ਏਅਰਪੋਰਟ ਤੋਂ ਪਿਕਅਪ ਵੀ ਕਰਦੇ ਹਨ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੂਰਿੰਗ ਸਰਵਿਸ ਅਵੇਲੇਬਲ, ਨੰਬਰ 503-300-3000-2356। ਤੇ ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 503-755-1515, 503-755-1515, ਨਾਰਥ ਵੈਸਟ ਡਰਾਈਵਿੰਗ ਸਕੂਲ। ਕਿੱਦਾਂ ਵੀ ਨੇ ਮੇਰਾ ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗੋ ਵੀ ਖਰਾਬ ਫਿਰਦਾ ਆ, ਮੋਟਰ ਭਾਲਦਾ ਆ। ਤੁਹਾਨੂੰ ਮੈਂ ਐਡਰੈਸ ਦਿੰਦਾ ਆ, ਐਡਰੈਸ ਦੱਸੋ ਫਿਰ ਜਰਾ। 9875 ਡਾਇਨ ਡਰਾਈਵ ਐਲਗੋ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਰ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ ਪਹੁੰਚਾਈ ਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਓਇਲ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾਉਂਦੇ ਹੋ, ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਹੋ। ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁੱਛਣ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664, 916-686-2664। ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲਗਰੋ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ U400 ਸੈਕਰਾਮੈਂਟੋ। ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਅਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਆਪਣੀ ਸਕਿਨ, ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਤੇ ਉਸ ਦੇ ਨਾਲ ਭਾਰ ਘਟਾਉਣ ਦੇ ਵਿੱਚ ਵੀ ਇਹ ਤੁਹਾਡੀ ਮਦਦ ਕਰਨਗੇ। ਵਧੇਰੇ ਜਾਣਕਾਰੀ ਦੀ ਕਾਲ ਕਰੋ 916-688-8888, 916-688-8888, ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ U400 ਸੈਕਰਾਮੈਂਟੋ। ਸਾਡੇ ਮਾਂ ਪਿਓ ਉਹਨਾਂ ਕੋਲ ਜੋ ਕੁਛ ਵੀ ਸੀ ਸਾਨੂੰ ਸਭ ਕੁਛ ਦਿੱਤਾ, ਜੇ ਉਹ ਨਾ ਹੁੰਦੇ ਤਾਂ ਪਤਾ ਨਹੀਂ ਆਪਾਂ ਕਿੱਥੇ ਹੋਣਾ ਸੀ। ਅੱਜ ਆਪਾਂ ਜੋ ਵੀ ਹਾਂ ਉਹਨਾਂ ਦੀ ਹੀ ਬਦੌਲਤ ਹਾਂ, ਤੇ ਸਮਾਂ ਆਉਣ ਤੇ ਜੇ ਉਹਨਾਂ ਨੂੰ ਸਾਡੀ ਜ਼ਰੂਰਤ ਹੋਵੇ ਤਾਂ ਅਸੀਂ ਉਹਨਾਂ ਕੋਲ ਮੌਜੂਦ ਹੋਈਏ। ਪਰ ਕਈ ਕਾਰਨਾਂ ਕਰਕੇ, ਆਰਥਿਕ, ਸਮੇਂ ਦੀ ਘਾਟ, ਕੰਮ ਤੋਂ ਛੁੱਟੀ ਨਾ ਮਿਲਣ ਕਰਕੇ ਇਹ ਸੰਭਵ ਨਹੀਂ ਹੁੰਦਾ। ਪਰ ਐਸੀ ਜ਼ਰੂਰਤ ਵਿੱਚ ਸਮਾਂ ਕੱਢਣਾ ਸੰਭਵ ਹੋ ਸਕਦਾ ਹੈ ਪੇਡ ਫੈਮਿਲੀ ਲੀਵ ਦੇ ਜ਼ਰੀਏ। ਪੇਡ ਫੈਮਿਲੀ ਲੀਵ ਲੈ ਕੇ ਅਸੀਂ ਆਪਣੇ ਚਾਹਣ ਵਾਲਿਆਂ ਦੀ ਜਦੋਂ ਉਹਨਾਂ ਨੂੰ ਸਭ ਤੋਂ ਵੱਧ ਜ਼ਰੂਰਤ ਹੋਵੇ ਉਦੋਂ ਉਹਨਾਂ ਦੀ ਦੇਖਭਾਲ ਕਰ ਸਕਦੇ ਹਾਂ। ਇਹ ਜਾਣਨ ਲਈ ਵੀ ਤੁਸੀਂ 6 ਹਫ਼ਤੇ ਦੀ ਪੇਡ ਫੈਮਿਲੀ ਲੀਵ ਕਿਸ ਤਰੀਕੇ ਨਾਲ ਲੈ ਸਕਦੇ ਹੋ, ਵਿਜ਼ਿਟ ਕਰੋ californiapaidfamilyleave.com, californiapaidfamilyleave.com। ਕੁਝ ਪਲ ਸਭ ਕੁਝ ਬਦਲ ਸਕਦੇ ਨੇ, ਆਪਣੇ ਲਈ ਹਮੇਸ਼ਾ ਮੌਜੂਦ ਰਹੋ। ਜੱਟ ਨੇ ਸਤਿ ਸ਼੍ਰੀ ਅਕਾਲ ਜੀ, ਮੈਂ ਬੱਬੂ ਮਾਨ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ US।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤੇ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜੇ ਹੋਏ ਨੇ ਸਟੂਡੀਓ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ ਜੀ ਤੇ ਪੰਜਾਬੀ ਰੇਡੀਓ USA ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਹੁਣ ਹਿੱਸਾ ਲੈ ਸਕਦੇ ਹੋ। ਨੰਬਰ ਜਿਹੜਾ ਜੀ ਕਾਲ ਕਰ ਸਕਦੇ ਹੋ 408-272-4002-7252-00 ਇਸ ਨੰਬਰ ਦੇ ਉੱਤੇ ਜਿਹੜਾ ਜੀ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਜੀ ਉਹ ਤੁਸੀਂ ਸਾਂਝੇ ਕਰ ਸਕਦੇ ਹੋ। ਤੇ ਬਾਕੀ ਹਰਜੋਤ ਸਿੰਘ ਜੀ ਆਪਾਂ ਜਿਹਨਾਂ ਗੱਲਾਂ ਬਾਤਾਂ ਇਸ ਤੋਂ ਪਹਿਲਾਂ ਕਰ ਰਹੇ ਸੀਗੇ ਤੇ ਬਹੁਤ ਸਾਰੇ ਜਿਹੜੇ ਫੇਸਬੁੱਕ ਦੇ ਉੱਤੇ ਵੀ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਸਾਡੇ ਸੁਣ ਰਹੇ ਤੇ ਉੱਥੇ ਦੇਖ ਰਹੇ ਨੇ ਕਹਿ ਰਹੇ ਨੇ ਵੀ ਇਮੀਗ੍ਰੇਸ਼ਨ ਦੇ ਬਾਰੇ ਵੀ ਕੁਝ ਦੱਸੋ ਕੋਈ ਚੇਂਜ ਆਇਆ ਕਿ ਨਹੀਂ। ਰਾਈਟ ਨਾਓ ਕਿਸੇ ਵੀ ਤਰੀਕੇ ਦਾ ਕੋਈ ਚੇਂਜ ਉਸ ਦੇ ਉੱਤੇ ਨਹੀਂ ਹੈਗਾ। ਜਿੱਦਾਂ ਹੀ ਕੋਈ ਵੀ ਖ਼ਬਰ ਇਸ ਦੇ ਬਾਰੇ ਜਿਹੜੀ ਉਹ ਆਵੇਗੀ ਉਹ ਤੁਹਾਨੂੰ ਆਪਾਂ ਜਿਹੜੇ ਜੀ ਜ਼ਰੂਰ ਸਾਂਝੀ ਜਿਹੜੀ ਆ ਉਹ ਕਰਾਂਗੇ। ਸੋ ਉਹ ਤੁਸੀਂ ਜਿਹੜਾ ਜੀ ਇੰਤਜ਼ਾਰ ਹੀ ਕਰਨਾ ਪੈਣਾ ਆ। ਬਾਕੀ ਟਰੈਵਲ ਬੈਨ ਜਿਹੜਾ ਇੱਕ ਜ਼ਰੂਰ ਆਇਆ ਆ ਤੇ ਉਸਦਾ ਕਾਫ਼ੀ ਵਿਰੋਧ ਵੀ ਜਿਹੜਾ ਇੱਕ ਵਾਰੀ ਫੇਰ ਦੁਬਾਰਾ ਦੇਖਣ ਨੂੰ ਮਿਲ ਰਿਹਾ ਆ। ਕਹਿੰਦੇ ਵੀ ਬਸ ਇੱਕ ਇਰਾਕ ਹੀ ਦੇਸ਼ ਆ ਉਸਨੂੰ ਇਸ ਦੇ ਵਿੱਚੋਂ ਕੱਢਿਆ ਆ ਤੇ ਬਾਕੀ 6 ਜਿਹੜੇ ਦੇਸ਼ ਆ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਰੋਕਿਆ ਗਿਆ ਹੋਇਆ ਆ। ਸਿਰੀਆ ਦੇ ਜਿਹੜੇ ਰੋਕਿਆ ਗਿਆ ਸੀ ਉਹਨਾਂ ਨੇ ਵੀ ਅਣਮਿੱਥੇ ਸਮੇਂ ਦੇ ਲਈ ਰਿਫਿਊਜੀਆਂ ਨੂੰ ਜਿਹੜਾ ਰੋਕ ਲਾਈ ਗਈ ਆ। ਸੋ ਉਹ ਜਿਹੜੀ ਰਾਈਟ ਨਾ ਉਹ ਚੀਜ਼ ਵੀ ਜਿਹੜੀ ਆ ਅਣਮਿੱਥਾ ਸਮਾਂ ਆ ਉਸਨੂੰ ਵੀ ਜਿਹੜਾ ਉਹਨਾਂ ਨੇ ਘਟਾ ਦਿੱਤਾ ਆ, ਪਰ ਟਰੈਵਲ ਬੈਨ ਜਿਹੜਾ ਜੀ ਉਹ ਜ਼ਰੂਰ ਲਾਇਆ ਹੋਇਆ ਆ। ਬਾਕੀ ਬਹੁਤ ਸਾਰੇ ਸਰੋਤੇ ਪੁੱਛਦੇ ਨੇ ਵੀ ਸਾਡੇ ਕਿਸੇ ਰਿਸ਼ਤੇਦਾਰ ਨੇ ਆਉਣਾ, ਦੋਸਤ ਮਿੱਤਰ ਨੇ ਆਉਣਾ ਆ ਇੱਥੇ, ਉਹਨਾਂ ਕੋਲ ਵੀਜ਼ਾ ਹੈਗਾ ਜਾਂ ਗ੍ਰੀਨ ਕਾਰਡ ਤੇ ਗਏ ਹੋਏ ਨੇ, ਸੋ ਉਹਨਾਂ ਨੂੰ ਕਿਸੇ ਤਰੀਕੇ ਨਾਲ ਘਬਰਾਉਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈਗੀ। ਪਰ ਜਿੱਦਾਂ ਕੱਲ ਵੀ ਆਪਾਂ ਕਹਿ ਰਹੇ ਸੀ, ਅੱਜ ਵੀ ਇੱਕ ਵਾਰੀ ਆਪਾਂ ਫਿਰ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਕਹਿੰਦੇ ਆ ਵੀ ਜ਼ਰੂਰ ਇੱਥੇ ਆਉਣ ਤੋਂ ਪਹਿਲਾਂ ਤੁਹਾਡਾ ਜਿਹੜਾ ਵੀ ਕੋਈ ਇੱਥੇ ਜਾਣਦਾ ਆ ਉਸਦਾ ਨੰਬਰ ਤੇ ਕਿਸੇ ਨਾ ਕਿਸੇ ਅਟਾਰਨੀ ਦਾ ਨੰਬਰ ਜਿਹੜਾ ਜੀ ਉਹ ਜ਼ਰੂਰ ਨਾਲ ਲੈ ਕੇ ਜਿਹੜਾ ਜੀ ਉੱਥੇ ਆਓ ਵੀ ਰੱਬ ਨਾ ਕਰੇ ਕੋਈ ਇੱਦਾਂ ਦੀ ਸਮੱਸਿਆ ਆਉਂਦੀ ਹੈ ਤੇ ਤੁਸੀਂ ਉਹਨਾਂ ਨੂੰ ਉਸੇ ਟਾਈਮ ਜਿਹੜਾ ਜੀ ਕੰਸਲਟ ਕਰ ਸਕੋ, ਤੁਸੀਂ ਉਹਨਾਂ ਦੇ ਨਾਲ ਜਿਹੜੀ ਸਿੱਧੀ ਗੱਲਬਾਤ ਆ ਉਹ ਕਰ ਸਕੋ। ਕਿਉਂਕਿ ਬਹੁਤ ਸਾਰੀਆਂ ਅੱਜ ਕੱਲ੍ਹ ਵੀਰ ਜੀ ਆ ਰਹੀਆਂ ਇੰਸੀਡੈਂਟ ਵਿੱਚ ਜਿੱਥੇ ਕਈ ਵਿਜ਼ਟਰ ਵੀਜ਼ੇ ਤੇ ਲੋਕ ਆਏ ਆ ਉਹਨਾਂ ਨੂੰ ਵਾਪਸ ਉਸੇ ਟਾਈਮ ਤੇ ਰਿਟਰਨ ਕਰ ਦਿੱਤਾ ਗਿਆ। ਇਹ ਨਾਈਜੀਰੀਆ ਦੇ ਕਾਫੀ ਲੋਕਾਂ ਦੀ ਆਈ ਸੀ ਜੀ ਜੀ। ਕੱਲ੍ਹ ਇੱਕ ਪੰਜਾਬੀ ਮੂਲ ਦੀ ਕੁੜੀ ਜਿਹਦਾ ਲਾਸਟ ਨਾਮ ਕੂਨਰ ਸੀਗਾ, ਕੈਨੇਡੀਅਨ ਸਿਟੀਜ਼ਨ, ਕੈਨੇਡੀਅਨ ਬੋਰਨ, ਮੌਂਟਰੀਅਲ ਤੋਂ ਵਰਮੌਂਟ ਆ ਰਹੀ ਸੀ ਤੇ ਉਹਨੂੰ ਉੱਥੋਂ ਪਲੇਨ ਤੋਂ ਚੜ੍ਹ ਨਹੀਂ ਦਿੱਤਾ ਜਿਹੜੇ US ਇਮੀਗ੍ਰੇਸ਼ਨ ਵਾਲੇ ਆ ਵੀ ਤੈਨੂੰ ਵੀਜ਼ਾ ਲੈਣਾ ਪੈਣਾ ਹੈਗਾ ਆ। ਉਹ ਕਹਿੰਦੇ ਮੈਂ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਚ ਨਹੀਂ ਇਨਵੋਲਵ, ਕੈਨੇਡੀਅਨ ਸਿਟੀਜ਼ਨ ਆ, ਜਦਕਿ ਸਾਰਿਆਂ ਨੂੰ ਪਤਾ ਆ ਵੀ ਕੈਨੇਡਾ ਵਾਲੇ ਸਿਟੀਜ਼ਨਾਂ ਨੂੰ USA ਚ ਵੀਜ਼ਾ ਨਹੀਂ ਲੈਣਾ ਪੈਂਦਾ। ਤੇ ਉਹ ਤੋਂ ਬਾਅਦ ਉਹ ਫਿਰ US ਐਮਬੈਸੀ ਗਈ ਕੈਨੇਡਾ ਚ ਤੇ ਉਹਨਾਂ ਨੇ ਕਿਹਾ ਵੀ ਹੋ ਸਕਦਾ ਉਹ ਬੰਦਿਆਂ ਨੂੰ ਨਾ ਪਤਾ ਹੋਵੇ ਵੀ ਤੁਹਾਨੂੰ ਵੀਜ਼ੇ ਦੀ ਤਾਂ ਕੋਈ ਜ਼ਰੂਰਤ ਨਹੀਂ ਹੈ। ਸੋ ਇੱਦਾਂ ਦੀਆਂ ਇੰਸੀਡੈਂਟਸ ਆ ਰਹੀਆਂ ਹੈਗੀਆਂ, ਸੋ ਬਿਲਕੁਲ ਚਕੰਨੇ ਹੋਣਾ ਚਾਹੀਦਾ ਹੈਗਾ ਜੀ ਜੀ ਬਿਲਕੁਲ ਬਿਲਕੁਲ। ਸੋ ਰਾਜਕਨਵੀਰ ਜੀ ਇਹ ਤੋਂ ਬਾਅਦ ਇੱਕ ਹੋਰ ਖਬਰ ਆ ਰਹੀ ਹੈ ਵੀ ਜਿਹੜੇ ਆਈਸ ਵਾਲਿਆਂ ਨੇ ਡਿਟੇਨਰ ਇਸ਼ੂ ਕੀਤਾ ਹੈਗਾ MS-13 ਸਸਪੈਕਟਸ ਵਰਜੀਨੀਆ ਦੇ ਵਿੱਚ। ਇਹ ਕੀ ਆ ਵੀ ਇਲੀਗਲ ਬੰਦੇ ਸੀ ਸਪੈਨਿਸ਼ ਮੂਲ ਦੇ ਜਿਹੜੇ ਲੋਕਾਂ ਨੂੰ ਮਾਰ ਕੇ ਇੱਕ ਪਾਰਕ ਦੇ ਵਿੱਚ ਦੱਬ ਦਿੰਦੇ ਸੀ ਤੇ 13 ਦੇ ਕਰੀਬ ਇਹ ਗੈਂਗ ਮੈਂਬਰ ਹੈਗੇ ਆ ਜਿਨ੍ਹਾਂ ਨੇ ਕਾਫੀ ਮਰਡਰ ਕੀਤੇ ਹੈਗੇ ਆ ਨਾਰਦਰਨ ਵਰਜੀਨੀਆ ਦੇ ਵਿੱਚ। ਤੇ ਜਿਹੜੇ ਉਹਨਾਂ ਨੇ ਜਿਹੜੇ ਡਿਟੇਨਰ ਫਾਈਲ ਕੀਤੇ ਹੈਗੇ ਉਹਨਾਂ ਦੇ ਵਿੱਚ ਸਿੰਡੀ ਬਲੰਕੋ ਹਰਨਾਂਡਿਸ, ਬਿਲਮਰ ਸੈਂਚੇਸ ਸਿਰਾਨੋ, ਐਲਡੇਰ ਮਿਰਾਂਡਾ ਕਰਕਾਮੋ, ਓਜ਼ੇ ਕਸਟੀਲੀਓ ਰਾਇਵਸ 18-21 ਸਾਲਾਂ ਦੇ, ਜਿਹੜੇ ਇਹਨਾਂ ਨੇ ਜਨਵਰੀ ਦੇ ਵਿੱਚ 15 ਸਾਲਾਂ ਦੇ ਇੱਕ ਲੜਕੇ ਦਾ ਜਿਹੜਾ ਆ ਡੈਮਰਸ ਰੇ ਰਿਵਰ ਦੇ ਉੱਤੇ ਜਿਹੜਾ ਕਤਲ ਕਰ ਦਿੱਤਾ ਸੀ ਤੇ ਬਾਡੀ ਉਹਦੀ ਜਿਹੜੀ ਦੱਬ ਦਿੱਤੀ ਸੀ। ਤੇ FBI ਕਹਿੰਦੀ ਵੀ ਬਹੁਤ ਹੀ ਖਤਰਨਾਕ ਜਿਹੜਾ ਇੱਕ ਤਰ੍ਹਾਂ ਨਾਲ ਗੈਂਗ ਆ, ਸੋ ਗੈਂਗ ਨੂੰ ਉਹਨਾਂ ਨੇ ਇਹ ਫੜਿਆ। ਸੋ ਕਿਤੇ ਨਾ ਕਿਤੇ ਤਾਂ ਜਿਹੜੇ ਜਦੋਂ ਆਪਾਂ ਜੇ ਦੇਖਿਆ ਜਾਵੇ ਵੀ ਜਦੋਂ ਪ੍ਰੈਜੀਡੈਂਟ ਟਰੰਪ ਕਹਿੰਦੇ ਆ ਵੀ ਇੱਦਾਂ ਦੇ ਬੰਦੇ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਬਾਹਰ ਕੱਢਣਾ ਤੇ ਉਹ ਉੱਥੇ ਬਿਲਕੁਲ ਸਹੀ ਵੀ ਆ। ਸੋ ਇੱਦਾਂ ਦੇ ਜਿਹੜੇ ਕ੍ਰਿਮੀਨਲ ਬੰਦੇ ਆ ਇਲੀਗਲ ਆਏ ਹੋ ਆ ਕੇ ਇੱਥੇ ਕਤਲ ਕਰਕੇ ਉਹਨਾਂ ਨੂੰ ਪਾਰਕ ਦੇ ਵਿੱਚ ਦੱਬ ਦਿੱਤਾ ਤੇ ਉਹ ਬੰਦੇ ਤਾਂ ਫਿਰ ਬਿਲਕੁਲ ਰਿਪੋਰਟ ਕਰਨੇ ਬਣਦੇ ਵੀ ਆ। ਤੇ ਇਹ ਵੈਸੇ ਕੰਮ ਕਾਫੀ ਚਿਰਾਂ ਤੋਂ ਜਿਹੜਾ ਲਗਾਤਾਰ ਚੱਲ ਰਿਹਾ, ਪਿਛਲੇ 8 ਸਾਲ ਵੀ ਇਹੀ ਕੁਛ ਜਿਹੜਾ ਜੀ ਉਹ ਕਰਦੇ ਵੀ ਰਹੇ ਨੇ। ਪਰ ਕਈ ਸਿਟੀਜ਼ ਕਈ ਸਟੇਟਸ ਦੀਆਂ ਜਿਹੜੀਆਂ ਆਪਣੇ ਆਪ ਨੂੰ ਸੈਂਚੁਰੀ ਸਿਟੀਜ਼ ਜਾਂ ਸੈਂਚੁਰੀ ਸਟੇਟਸ ਅਖਵਾਉਂਦੀਆਂ ਨੇ ਉਹ ਮੁੜ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉੱਥੇ ਆ ਕੇ ਜਿਹੜਾ ਜੀ ਉਹ ਰਹਿ ਜਾਂਦੇ ਨੇ, ਇਹ ਪ੍ਰੋਬਲਮ ਜਿਹੜੀ ਆ ਉਹ ਆ ਜਾਂਦੀ ਆ। ਪਰ ਇੱਕ ਇਹ ਵੀ ਬੜੀ ਪ੍ਰਚਲਿਤ ਗੱਲ ਹਰਜੋਤ ਸਿੰਘ ਜੀ ਹੈਗੀ ਆ, ਕਹਿੰਦੇ ਵੀ ਕਈ ਵਾਰੀ ਬੰਦਾ ਸਵੇਰ ਨੂੰ ਉਹਨਾਂ ਨੇ ਡਿਪੋਰਟ ਕੀਤਾ ਹੁੰਦਾ, ਸ਼ਾਮ ਨੂੰ ਬੰਦਾ ਫਿਰ ਇੱਧਰ ਨੂੰ ਜਿਹੜਾ ਜੀ ਉਹ ਪਹੁੰਚ ਗਿਆ ਹੁੰਦਾ ਆ। ਸੋ ਇਸ ਗੈਂਗ ਦੇ ਵਿੱਚ ਰਾਜਕਮਲ ਜੀ ਜਿਹੜਾ ਉਹਨੇ ਇੱਕ ਬੰਦਾ ਫੜਿਆ
ਡੋਮਿਨਿਕ ਰਿਪਬਲਿਕਨ ਤੋਂ ਸੀਗਾ ਹੈਕਟਰ ਸੋਰੇਜ਼ ਜੀ ਤੇ ਉਹ ਕਹਿੰਦੇ ਵੀ ਨਿਊਯਾਰਕ ਦੇ ਵਿੱਚ ਜਿਹੜੀਆਂ ਅਥਾਰਟੀ ਨੇ ਉਹਨੂੰ ਫੜਿਆ ਸੀ ਤੇ ਦਸੰਬਰ ਦੇ ਵਿੱਚ ਰਿਲੀਜ਼ ਕਰ ਦਿੱਤਾ ਸੀ ਜੀ ਸੋ ਜਦਕਿ ਫੇਰ ਉਹਨੂੰ ਆਈਸ ਵਾਲਿਆਂ ਨੇ 21 ਫਰਵਰੀ ਨੂੰ ਫੜਿਆ ਤੇ ਅਰੈਸਟ ਕੀਤਾ ਜੀ ਅਤੇ ਇੱਕ ਹੋਰ ਖਬਰ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ ਆਈਸ ਦੇ ਨਾਲ ਸੰਬੰਧਿਤ ਆ ਵਾਸ਼ਿੰਗਟਨ ਪੋਸਟ ਜੋ ਕਿ ਇੱਕ ਮੰਨੀ ਪਰਮੰਨੀ ਅਖਬਾਰ ਆ ਉੱਥੇ 2 ਸਾਲ ਦੇ ਲਈ ਇੱਕ ਇੰਜੀਨੀਅਰ ਦੇ ਤੌਰ ਦੇ ਉੱਤੇ ਬੰਦਾ ਕੰਮ ਕਰਦਾ ਸੀਗਾ ਉਸ ਜੋ ਮੈਨ ਉਹਨੇ ਉਹਨੂੰ ਜਿਹੜਾ ਜਿਹੜਾ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ ਤੇ ਕਾਰਨ ਉਸਦੇ ਪਿੱਛੇ ਦੱਸੇ ਜਾ ਰਹੇ ਆ ਵੀ ਉਹ ਆਪਣੇ ਆਪ ਨੂੰ ਲੋਕਾਂ ਦੇ ਮੂਹਰੇ ਆਈਸ ਦਾ ਏਜੰਟ ਇੰਪਰਸੋਨੇਟ ਕਰਦਾ ਸੀ ਵੀ ਮੈਂ ਆਈਸ ਦਾ ਏਜੰਟ ਆ ਤੇ ਉਹਦੇ ਘਰ ਦੇ ਵਿੱਚੋਂ ਬੰਦੂਕਾਂ ਵੀ ਜਿਹੜੀਆਂ ਆ ਉਹ ਲੱਭੀਆਂ ਨੇ ਮੈਰੀਲੈਂਡ ਦਾ ਰਹਿਣ ਵਾਲਾ ਇਹ ਬੰਦਾ ਆ ਤੇ ਆਈਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦਾ ਆਪਣੇ ਆਪ ਨੂੰ ਇੰਪਲਾਈ ਦੱਸਦਾ ਸੀ ਤੇ ਲੋਕਾਂ ਨੂੰ ਜਿਹੜਾ ਆ ਉਹ ਡਰਾਉਂਦਾ ਸੀਗਾ ਤੇ ਕਈਆਂ ਤੋਂ ਇਹ ਵੀ ਪਤਾ ਲੱਗਾ ਵੀ ਉਹਨੇ ਸ਼ਾਇਦ ਪੈਸੇ ਵੀ ਹਥਿਆਉਣ ਦੀ ਕੋਸ਼ਿਸ਼ ਕੀਤੀ ਆ ਤੇ ਉਸ ਘਰ ਦੇ ਉਹਦੇ ਘਰ ਦੇ ਵਿੱਚੋਂ 10 ਹਥਿਆਰ ਜਿਹੜੇ ਆ ਬਰਾਮਦ ਹੋਏ ਨੇ ਜਿਸ ਚ 7 ਹੈਂਡਗਨ ਸੀਗੀਆਂ 2 M4 ਅਸੋਲਟ ਰਾਈਫਲਸ ਇੱਕ ਸ਼ਾਰਟਗਨ ਜਿਹੜੀ ਆ ਉਹਨਾਂ ਨੂੰ ਇਹ ਲੱਭੀ ਆ ਬਾਲਟੀਮੋਰ ਕਾਉਂਟੀ ਪੁਲਿਸ ਬੈਜ ਕਹਿੰਦੇ ਆ ਉਹ ਵੀ ਉਸਨੇ ਆਪਣੇ ਕੋਲ ਨਕਲੀ ਜਿਹੜਾ ਉਹ ਬਣਾ ਕੇ ਰੱਖਿਆ ਹੋਇਆ ਸੀ ਸੋ ਜਿੱਦਾਂ ਆਪਾਂ ਕੱਲ ਵੀ ਤੁਹਾਨੂੰ ਦੱਸ ਰਹੇ ਸੀਗੇ ਵੀ ਸਕੈਮ ਜਿਹੜੇ ਆ ਲੋਕ ਕਈ ਤਰੀਕੇ ਦੇ ਜਿਹੜੇ ਜੀ ਉਹ ਕਰਦੇ ਆ ਕਿਉਂਕਿ ਇਸ ਮੌਕੇ ਕਿਤੇ ਨਾ ਕਿਤੇ ਇੱਕ ਡਰ ਦਾ ਸਹਿਮ ਦਾ ਮਾਹੌਲ ਜਿਹੜਾ ਹਰਜੋਤ ਸਿੰਘ ਜੀ ਬਣਿਆ ਹੋਇਆ ਆ ਤੇ ਇਹੋ ਜਿਹੜੇ ਸਕੈਮਰ ਨੇ ਉਹ ਉਸੇ ਹੀ ਡਰ ਦਾ ਸਹਿਮ ਦਾ ਜਿਹੜਾ ਨਾਜਾਇਜ਼ ਫਾਇਦਾ ਜਿਹੜਾ ਆ ਉਹ ਉਠਾਉਂਦੇ ਨੇ ਤੇ ਭੋਲੇ ਭਾਲੇ ਲੋਕਾਂ ਨੂੰ ਇਸ ਦੇ ਵਿੱਚ ਫਸਾ ਲੈਂਦੇ ਨੇ ਜੀ ਬਿਲਕੁਲ ਰਾਜਕਨਵੀਰ ਸਿੰਘ ਜੀ ਉਹ ਜਿਹੜਾ ਬੰਦਾ ਇਹ ਫੜਿਆ ਗਿਆ ਇਹਦਾ ਨਾਂ ਇਤਿਆਈ ਓਸਡਰਮੈਨ ਆ 35 ਸਾਲਾਂ ਦਾ ਹੈਗਾ ਤੇ ਸੋ ਉਹਨੂੰ ਹੁਣ ਚਾਰਜ ਵੀ ਕੀਤਾ ਹੈਗਾ ਆ ਚਾਰਜਸ ਜਿਹੜੇ ਉਹ ਤੇ ਲਾਏ ਆ ਟਰਾਂਸਪੋਰਟੇਸ਼ਨ ਟਰਾਂਸਪੋਰਟੇਟਿੰਗ ਏ ਲੋਡਡ ਹੈਂਡਗਨ ਜਿਹੜੀ ਲੋਡਡ ਹੈਂਡਗਨ ਉਹ ਟਰਾਂਸਪੋਰਟ ਕਰ ਰਿਹਾ ਸੀ ਤੇ ਪੋਜੈਸ਼ਨ ਆਫ ਪੁਲਿਸ ਬੈਜ ਤੇ ਜਿਹੜਾ ਪੁਲਿਸ ਬੈਜ ਸੀ ਉਹਦੇ ਲਈ 2 ਉਹਦੇ ਚਾਰਜਸ ਲਾਏ ਗਏ ਹੈਗੇ ਆ ਜੀ ਜੀ ਬਿਲਕੁਲ ਤੇ ਆਪਾਂ ਜਾਣਦੇ ਹਾਂ ਆਪਣੇ ਸਾਰੇ ਸਰੋਤੇ ਵੀ ਕਿਸ ਤਰੀਕੇ ਦੇ ਨਾਲ ਇੱਕ ਪਿਓ ਆਪਣੀਆਂ ਬੱਚੀਆਂ ਨੂੰ ਸਕੂਲ ਛੱਡਣ ਗਿਆ ਸੀ ਤੇ ਉੱਥੇ ਆਈਸ ਵਾਲਿਆਂ ਨੇ ਉੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਡਿਟੇਨ ਕਰ ਲਿਆ ਸੀ 48 ਸਾਲਾ ਲੋਸ ਐਂਜਲਸ ਦੇ ਵਿੱਚ ਰੋਮੈਲੋ ਗੁੰਜ਼ਾਲੇਜ਼ ਉਸਦਾ ਨਾਂ ਸੀਗਾ ਅੱਜ ਉਸਦੇ ਹੱਕ ਦੇ ਵਿੱਚ ਹਾਈਲੈਂਡ ਪਾਰਕ ਦੇ ਵਿੱਚ ਆਈਸ ਨੂੰ ਉਸਨੇ ਜਿਹੜੇ ਡਿਟੇਨ ਕੀਤਾ ਉਸ ਨੂੰ ਛੱਡਣ ਦੇ ਲਈ ਉਸਦੇ ਹੱਕ ਦੇ ਵਿੱਚ ਜਿਹੜੇ ਆ ਲੋਕਾਂ ਨੇ ਰੈਲੀ ਕੀਤੀ ਹੈ ਇਕੱਠ ਜਿਹੜਾ ਆ ਉਹ ਹੋਇਆ ਆ ਸੋ 13 ਸਾਲਾਂ ਦੀ ਆਪਣੀ ਜਿਹੜੀ ਉਹ ਬੱਚੀ ਨੂੰ ਜਿਹੜਾ ਉਹ ਛੱਡਣ ਗਿਆ ਹੋਇਆ ਸੀ ਤੇ ਉੱਥੇ ਅਚਾਨਕ ਆਈਸ ਵਾਲੇ ਆਏ ਉਸ ਨੂੰ ਗੱਡੀ ਚੋਂ ਕੱਢਿਆ ਤੇ ਉੱਥੇ ਉਸ ਨੂੰ ਡਿਟੇਨ ਕਰ ਲਿਆ ਗ੍ਰਿਫਤਾਰ ਜਿਹੜਾ ਆ ਉੱਥੇ ਉਹ ਕਰ ਲਿਆ ਸੀਗਾ ਇਸ ਮੌਕੇ ਹੁਣ ਰਾਈਟ ਨਾਓ ਇਹ ਪਤਾ ਨਹੀਂ ਆ ਵੀ ਉਸਨੂੰ ਹਾਲ ਦੀ ਘੜੀ ਡਿਪੋਰਟ ਕਰ ਦਿੱਤਾ ਆ ਕਿ ਨਹੀਂ ਪਰ ਲੋਕ ਉਸ ਦੇ ਹੱਕ ਦੇ ਵਿੱਚ ਜਿਹੜੇ ਜੀ ਉਹ ਆ ਕੇ ਖੜ ਰਹੇ ਨੇ ਜੀ ਬਿਲਕੁਲ ਸੋ ਰਾਜਕਮੀ ਜੀ ਇੱਥੇ ਇਹ ਵੀ ਆਪਣੇ ਸਰੋਤਿਆਂ ਨੂੰ ਦੱਸਣ ਜਿੱਦਾਂ ਸਾਡੀ ਫਰਜ਼ ਬਣਦਾ ਖਬਰ ਦੱਸਣ ਦਾ ਭਈ ਆਪਾਂ ਨੂੰ ਕਾਲਾਂ ਆਉਂਦੀਆਂ ਕਈ ਵਾਰੀ ਦੇਖੋ ਜੀ ਅਸੀਂ ਤਾਂ 20 ਸਾਲਾਂ ਤੋਂ ਟੈਕਸ ਭਰ ਰਹੇ ਹਾਂ 15 ਸਾਲਾਂ ਤੋਂ ਸਾਡੇ ਹਜੇ ਪੇਪਰ ਪੱਕੇ ਨਹੀਂ ਹੋਏ ਜਾਂ 81 ਵਾਲੇ ਪੇਪਰ ਸੀ ਵੀ ਸਾਨੂੰ ਤਾਂ ਨਹੀਂ ਕੋਈ ਖਤਰਾ ਸੋ ਜਿਹੜੇ ਜਿਹੜੇ ਬੰਦੇ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਬੰਦਾ 25 ਸਾਲਾਂ ਤੋਂ ਟੈਕਸ ਭਰ ਰਿਹਾ ਸੀ ਪੂਰੇ ਆਪਣੇ ਟੈਕਸ ਜਿਹੜੇ ਆ ਉਹ ਭਰ ਰਿਹਾ ਸੀ ਤੇ ਦੇਖ ਲਓ ਵੀ 25 ਸਾਲ ਉਹਨੂੰ ਆਏ ਨੂੰ ਹੋ ਗਏ ਸੀ ਜੀ ਜੀ ਤੇ ਰਾਈਟ ਨਾਓ ਉਹ ਡਿਟੈਂਸ਼ਨ ਫੈਸਿਲਿਟੀ ਚ ਰੱਖਿਆ ਹੋਇਆ ਲੋਸ ਐਂਜਲਸ ਦੇ ਵਿੱਚ ਤੇ ਜਦੋਂ ਕਿ ਆਪਾਂ ਪਹਿਲਾਂ ਵੀ ਇਹ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਜਾਂ ਆਈਸ ਵਾਲੇ ਆ ਇਹਨਾਂ ਨੂੰ ਇੰਸਟਰਕਸ਼ਨ ਦਿੱਤੀਆਂ ਸੀ ਵੀ ਕਿਸੇ ਵੀ ਰਿਲੀਜੀਅਸ ਪਲੇਸ ਚਰਚ ਗੁਰਦੁਆਰਾ ਮੰਦਰ ਜਾਂ ਸਕੂਲਸ ਜਾਂ ਹਸਪੀਟਲ ਉੱਥੇ ਜਾ ਕੇ ਜਿਹੜੀ ਜੇ ਤੁਸੀਂ ਕਿਸੇ ਨੂੰ ਅਰੈਸਟ ਕਰਨਾ ਉੱਥੇ ਨਾ ਕੀਤਾ ਜਾਵੇ ਪਰ ਇਹ ਬਿਲਕੁਲ ਸਕੂਲ ਆਪਣੇ ਬੱਚੀ ਨੂੰ ਛੱਡਣ ਗਏ ਨੂੰ ਉਹਨੂੰ ਅਰੈਸਟ ਕੀਤਾ ਤੇ ਇੱਕ ਬੱਚੀ ਜਿਹੜੀ ਸੀ ਉਹਦੀ ਉਹ ਕਾਰ ਦੇ ਵਿੱਚ ਉਹਨੇ ਵੀਡੀਓ ਬਣਾਈ ਸੀ 13 ਸਾਲਾਂ ਦੀ ਉਹ ਬੱਚੀ ਸੀ ਰੋਮੋਲੋ ਗੰਜਾਲਸ ਜੋ ਉਸਦਾ ਫਾਦਰ ਸੀ 48 ਸਾਲਾਂ ਦਾ ਤੇ ਉਹਨੂੰ ਜਦੋਂ ਅਰੈਸਟ ਕੀਤਾ ਗਿਆ ਤੇ ਉਹਨੂੰ ਪੂਰੀ ਜਿਹੜੀ ਉਹਦੀ ਕੈਮਰੇ ਦੇ ਵਿੱਚ ਆਪਣੇ ਫੋਨ ਦੇ ਵਿੱਚ ਉਹ ਰਿਕਾਰਡ ਵੀ ਕੀਤੀ ਜੋ ਕਿ ਬਹੁਤ ਜ਼ਿਆਦਾ ਉਹ ਵਾਇਰਲ ਹੋਈ ਸੀਗੀ ਜੀ ਬਿਲਕੁਲ ਸੋ ਤਾਂ ਹੀ ਜਿਹੜਾ ਜੀ ਅਸੀਂ ਵਾਰ ਵਾਰ ਕਹਿੰਦੇ ਹਾਂ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਹੈਗਾ ਆਪਣੇ ਕਿਸੇ ਵੀ ਜਿਹੜੇ
ਜਿਹੜੇ ਆ ਜਿਹਨੂੰ ਤੁਸੀਂ ਚੰਗਾ ਇੱਕ ਵਕੀਲ ਸਮਝਦੇ ਹੋ ਉਸ ਦੇ ਨਾਲ ਜਿਹੜਾ ਜੀ ਤੁਸੀਂ ਕੰਸਲਟ ਕਰੋ ਕੀ ਤੁਸੀਂ ਸੋਚ ਰਹੇ ਹੋ ਕੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਜੇ ਕਿਸੇ ਤੁਸੀਂ ਇੱਦਾਂ ਵਕੀਲ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਇੱਕ ਵਧੀਆ ਰਿਪਲਾਈ ਜਿਹੜੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਉਹ ਦੇ ਸਕਦੇ ਆ ਤੇ ਸਰੋਤੇ ਤੁਸੀਂ ਵੀ ਜੇ ਕਾਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਸਕਦੇ ਹੋ 400-272-5200 ਦੇ ਉੱਤੇ ਕਾਲ ਕਰ ਸਕਦੇ ਹੋ ਜੀ ਰਾਜਕਰਮਵੀਰ ਸਿੰਘ ਜੀ ਇਸੇ ਤਰ੍ਹਾਂ ਇੱਕ ਹੋਰ ਖਬਰ ਆ ਰਹੀ ਹੈਗੀ ਆ ਵੀ ਆਈਸ ਏਜੰਟਸ ਨੇ ਇੱਕ ਬ੍ਰਾਜ਼ੀਲੀਅਨ ਨੈਸ਼ਨਲ ਜਿਹੜਾ ਆ ਉਹਨੂੰ ਅਰੈਸਟ ਕੀਤਾ ਹੈਗਾ ਆ ਕੱਲ ਤੇ ਉਹ ਜਿਹੜਾ ਬ੍ਰਾਜ਼ੀਲੀਅਨ ਨੈਸ਼ਨਲ ਬੰਦਾ ਸੀ ਉਹ ਆਪਣੀ ਕੰਟਰੀ ਦੇ ਵਿੱਚ ਰੋਬਰੀਆਂ ਦੇ ਵਿੱਚ ਇਨਵੋਲਵ ਸੀਗਾ ਸੋ ਹੋ ਸਕਦਾ ਬ੍ਰਾਜ਼ੀਲ ਨੇ US ਨੂੰ ਇਨਫੋਰਮ ਕੀਤਾ ਹੋਵੇ ਇਲੀਗਲ ਰਹਿ ਰਿਹਾ ਸੀ ਜਿਹਦਾ ਨਾਂ ਐਂਡਰਸਨ ਹਿਕਮੈਨ ਇੰਨੀ ਉਹ ਲਾਫਲੀ ਐਡਮਿਟ ਹੋਇਆ ਸੀ ਤੇ ਨਵੰਬਰ 2015 ਚ ਉਹ ਟੈਂਪਰੇਰੀ ਵੀਜ਼ਾ ਤੇ ਆਇਆ ਸੀ ਤੇ ਜਿਹੜਾ ਬਾਅਦ ਦੇ ਵਿੱਚ ਉਹਦਾ ਰਿਵੋਕ ਕਰ ਲਿਆ ਸੀ ਜੀ ਕਿਉਂਕਿ ਉਹਦੇ ਕ੍ਰਿਮੀਨਲ ਜਿਹੜੇ ਬੈਕਗ੍ਰਾਉਂਡ ਜਿਹੜੀ ਉਹ ਸੀਗੀ ਇਸ ਕਰਕੇ ਅਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਇੱਕ ਖਬਰ ਆ ਰਹੀ ਹੈ ਆਈਸ ਦੇ ਡਿਟੇਨਿਸ ਨੂੰ ਲੈ ਕੇ ਵੀ ਜਿਹੜੇ ਜਿਹੜੇ ਵੀ ਆਈਸ ਦੇ ਲੋਕ ਜਿਹਨਾਂ ਨੂੰ ਉਹ ਡਿਟੇਨ ਕਰ ਰਹੇ ਨੇ ਜਾਂ ਗ੍ਰਿਫ਼ਤਾਰ ਕਰ ਰਹੇ ਨੇ ਉਹਨਾਂ ਨੂੰ ਧੱਕੇ ਦੇ ਨਾਲ ਲੇਬਰ ਵਾਲਾ ਮਜ਼ਦੂਰੀ ਵਾਲਾ ਕੰਮ ਜਿਹੜਾ ਆ ਕਰਵਾਇਆ ਜਾ ਰਿਹਾ ਆ ਕਹਿੰਦੇ ਵੀ ਇੱਕ ਕਲੀਅਰ ਵਾਇਲੇਸ਼ਨ ਹੈਗੀ ਆ ਐਂਟੀ ਸਲੇਵਰੀ ਲਾਅ ਦੀ ਕਿਸੇ ਜਿਹੜੇ ਆ ਡਿਟੇਨਿਸ ਜਿਹੜੇ ਆਈਸ ਦੇ ਡਿਟੇਨਿਸ ਆ ਕੁਛ ਕੁ ਨੇ ਮਿਲ ਕੇ ਆਈਸ ਨੇ ਤੇ ਲਾਸੂਟ ਜਿਹੜਾ ਉਹ ਕੀਤਾ ਆ ਵੀ ਸਾਨੂੰ ਜਿਹੜੀਆਂ ਇਹ ਪ੍ਰਾਈਵੇਟ ਪ੍ਰਿਜ਼ਨਸ ਦੇ ਵਿੱਚ ਲੈ ਜਾਂਦੇ ਨੇ ਤੇ ਉੱਥੇ ਸਾਡੇ ਕੋਲ ਧੱਕੇ ਦੇ ਨਾਲ ਇੱਕ ਹਿਸਾਬ ਦੇ ਨਾਲ ਬੰਧੂਆ ਮਜ਼ਦੂਰੀ ਜਿਹੜੀ ਆ ਉਹ ਕਰਵਾਈ ਜਾਂਦੀ ਆ ਬਿਲਕੁਲ ਰਾਜਕਰਮਵੀਰ ਸਿੰਘ ਜੀ ਇਹ ਜਿਹੜਾ ਲਾਸੂਟ ਫਾਈਲ ਹੋਇਆ ਸੀ 2014 ਦੇ ਵਿੱਚ ਜੀ ਕਿਉਂਕਿ ਜਿਹੜੀਆਂ ਪ੍ਰਿਜ਼ਨਸ ਹੈਗੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਇਹ ਪ੍ਰਾਈਵੇਟ ਹੈਗੀਆਂ ਇਹ ਇੱਕ ਤਰ੍ਹਾਂ ਨਾਲ ਬਿਜ਼ਨਸ ਆ ਇਹ ਗਵਰਨਮੈਂਟ ਦੀਆਂ ਪ੍ਰਿਜ਼ਨ ਨਹੀਂ ਜਿਹੜੇ ਡਿਟੈਂਸ਼ਨ ਸੈਂਟਰ ਹੈਗੇ ਸੋ ਉੱਥੇ ਉਹ ਕਹਿੰਦੇ ਵੀ $1 per day ਦੇ ਹਿਸਾਬ ਨਾਲ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਸੀ ਤੇ ਇਸ ਲਾਸੂਟ ਦੇ ਹਿਸਾਬ ਨਾਲ ਕਹਿੰਦੇ 60,000 ਦੇ ਕਰੀਬ ਜਿਹੜੇ ਇਮੀਗ੍ਰੈਂਟ ਆ ਉਹ ਇਨਵੋਲਵ ਹੋ ਸਕਦੇ ਆ ਇਸ ਲਾਸੂਟ ਦੇ ਵਿੱਚ ਦੇਖੋ ਵੀ ਆਪਾਂ ਕਈ ਵਾਰ ਸੋਚਦੇ ਹੁੰਦੇ ਹਾਂ ਵੀ ਸ਼ਾਇਦ ਇਹ ਇੰਡੀਆ ਚ ਹੀ ਜਿਹੜੇ ਕੈਦੀ ਹੁੰਦੇ ਉਹਨਾਂ ਤੋਂ ਕੱਪੜੇ ਕੁਪੜੇ ਧੋਆਦੇ ਆ ਜਾਂ ਖਾਣਾ ਬਣਾਉਂਦੇ ਆ ਤੇ ਇੱਥੇ ਵੀ ਜਿਹੜੀ ਇਹ ਖ਼ਬਰ ਆਈ ਆ ਵੀ 2014 ਚ ਇਹ ਲਾਸੂਟ ਫਾਈਲ ਹੋਇਆ ਸੀ ਤੇ ਉਹਦੇ ਬਾਰੇ ਜਿਹੜੀ ਹੁਣ ਖ਼ਬਰ ਆਈ ਆ ਵੀ ਕਿਸ ਤਰ੍ਹਾਂ ਡਾਲਰ ਮਿਲਦਾ ਵੀ ਸੀਗਾ ਕਿ ਨਹੀਂ ਬਾਅਦ ਦੇ ਵਿੱਚ ਤੇ ਜਿਹੜੇ ਮੇਨ ਇਹ ਹੈਗਾ ਆ ਵੀ ਜਿਹਦੇ ਬਾਰੇ ਗੱਲਬਾਤ ਹੋ ਰਹੀ ਹੈ ਡੈਨਵਰ ਕੰਟਰੈਕਟ ਡਿਟੈਂਸ਼ਨ ਫੈਸਿਲਿਟੀ ਹੈਗੀ ਆ 1500 bed ਸੈਂਟਰ ਜਿਹੜੀ ਅਰੋਰਾ ਕੋਲੋਰਾਡੋ ਦੇ ਵਿੱਚ ਹੈਗੀ ਆ ਓਪਰੇਟ ਇਹਨੂੰ ਕਰ ਰਿਹਾ ਜੀਓ ਗਰੁੱਪ ਅੰਡਰ ਕੰਟਰੈਕਟ ਵਿਦ ਆਈਸ ਤੇ ਫਲੋਰੀਡਾ ਬੇਸਡ ਕਾਰਪੋਰੇਸ਼ਨ ਇਹ ਫੈਸਿਲਿਟੀ ਨੂੰ ਰਨ ਕਰਦੀ ਹੈਗੀ ਆ ਇਹ ਪ੍ਰਾਈਵੇਟ ਜਿਹੜੀਆਂ ਡਿਟੈਂਸ਼ਨ ਫੈਸਿਲਿਟੀ ਲਾਸਟ ਫਾਈਲ ਹੋਇਆ ਸੀ ਜੀਓ ਗਰੁੱਪ ਦੇ 9 ਇਮੀਗ੍ਰੈਂਟਸ ਨੇ ਜਿਹੜੇ 9 ਇਮੀਗ੍ਰੈਂਟ ਉਹਨਾਂ ਨੇ ਫਾਈਲ ਕੀਤਾ ਸੀ $5 million ਡੈਮੇਜਸ ਦਾ ਜੀ ਜੀ ਅਗਲੇ ਕਾਲਰ ਆਪਾਂ ਹਰਜੋਤ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਕੁਲਦੀਪ ਸਿੰਘ ਜੀ ਆਪਣੇ ਨਾਲ ਜੁੜੇ ਨੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਕੁਲਦੀਪ ਸਿੰਘ ਬੋਲ ਰਿਹਾ ਜੀ ਇੰਡੀਆਨਾ ਪੁਲਿਸ ਤੋਂ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਮੇਰੇ ਮਨ ਦੇ ਵਿੱਚ ਕੁਐਸਚਨ ਹੈ ਵੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਲੱਗਦਾ ਸਾਨੂੰ ਤੁਹਾਡਾ ਪ੍ਰੋਗਰਾਮ ਮੈਂ ਰੋਜ਼ ਦੇਖਦਾ ਜਦੋਂ ਵੀ ਤੁਹਾਡਾ ਪ੍ਰੋਗਰਾਮ ਲਾਈਵ ਆਉਂਦਾ ਆ ਤੇ ਬੜਾ ਵਧੀਆ ਲੱਗਦਾ ਤੁਸੀਂ ਬਹੁਤ ਵਿਚਾਰ ਸਾਂਝੇ ਕਰਦੇ ਹੋ ਜਿਨ੍ਹਾਂ ਨਾਲ ਸਾਡੇ ਲੋਕਾਂ ਨੂੰ ਫਾਇਦਾ ਬਹੁਤ ਹੁੰਦਾ ਆ ਪਰ ਮੇਰਾ ਇੱਕ ਕੁਐਸਚਨ ਹੈ ਵੀ ਹੁਣ ਤੱਕ ਸਾਰੀ ਤੁਸੀਂ ਜਾਣਕਾਰੀ ਦਿੱਤੀ ਹੈ ਪਰ ਯੂ ਵੀਜ਼ੇ ਬਾਰੇ ਕੋਈ ਹਾਲ ਤੱਕ ਜਾਣਕਾਰੀ ਨਹੀਂ ਮਿਲੀ ਵੀ ਜਿਹੜੇ ਲੋਕ ਖੁਦ ਅਮਰੀਕਾ ਦੇ ਵਿੱਚ ਆ ਕੇ ਕ੍ਰਾਈਮ ਦੇ ਵਿਕਟਿਮ ਨੇ ਜਿਨ੍ਹਾਂ ਦੇ ਨਾਲ ਕੋਈ ਹੈਪਨਿੰਗ ਹੋਈ ਹੈ ਕਿਸੇ ਤਰ੍ਹਾਂ ਦੀ ਕੋਈ ਘਟਨਾ ਘਟੀ ਹੈ ਔਰ ਉਸ ਬਿਹਾਫ ਦੇ ਉੱਤੇ ਉਹਨਾਂ ਨੇ ਇੱਥੇ ਕੋਈ ਕੇਸ ਅਪਲਾਈ ਕੀਤਾ ਹੋਇਆ ਵੀ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਜਾਂ ਯੂ ਵੀਜ਼ਾ ਜਿਹਨੂੰ ਕਹਿੰਦੇ ਨੇ ਵੀ ਦਿੰਦੇ ਨੇ ਜੀ ਉਹਦੇ ਵਾਸਤੇ ਹਾਲ ਤੱਕ ਮੈਨੂੰ ਕੋਈ ਜਾਣਕਾਰੀ ਨਹੀਂ ਮਿਲੀ ਜੀ ਮੈਂ ਤੁਹਾਨੂੰ ਈਮੇਲ ਵੀ ਕੀਤੀ ਸੀ ਬਟ ਤੁਹਾਡਾ ਕੋਈ ਰਿਪਲਾਈ ਨਹੀਂ ਆਇਆ ਹੈਗਾ ਜੀ ਬਿਲਕੁਲ ਕੁਲਦੀਪ ਜੀ ਜੇ ਤੁਹਾਨੂੰ ਦੱਸ ਜਾਈਏ ਵੀ ਜਿੱਦਾਂ ਹਰ ਇੱਕ ਅਸੀਂ ਜਿਹੜੀਆਂ ਇੱਥੋਂ ਨਿਊਜ਼ ਜਿਹੜੀ ਤੁਹਾਨੂੰ ਦਿੰਦੇ ਹਾਂ ਜਿਹੜੀਆਂ ਵੀ ਆ ਰਹੀਆਂ ਨੇ ਜੇ ਟਰੈਵਲ ਬੈਨ ਹੋਇਆ ਆਪਾਂ ਟਰੈਵਲ ਬੈਨ ਦੇ ਬਾਰੇ ਦੱਸਦੇ ਹਾਂ ਜੇ ਉਹਨਾਂ ਨੇ ਇਹ ਗੱਲ ਆਖੀ ਵੀ ਮੈਰਿਟ ਬੇਸਡ ਇਮੀਗ੍ਰੇਸ਼ਨ ਦੀ ਗੱਲ ਹੋ ਸਕਦੀ ਆਪਾਂ ਤੁਹਾਨੂੰ ਉਹ ਨਿਊਜ਼ ਦਿੱਤੀ ਆ ਜਿਹੜੀ ਨਿਊਜ਼ ਹੈ ਨਹੀਂ ਆ ਅਸੀਂ ਉਸ ਦੇ ਬਾਰੇ ਜਿਹੜੀ ਆ ਤੁਹਾਨੂੰ ਉਹ ਨਹੀਂ ਦੱਸ ਸਕਦੇ ਤੇ ਕਿਉਂਕਿ ਇਸ ਦੇ ਵਿੱਚ ਕਾਨੂੰਨੀ ਮਾਹਰਾਂ ਦਾ ਹੀ ਜਿਹੜਾ ਉਹ ਕੰਮ ਹੁੰਦਾ ਆ ਸੋ ਬੈਸਟ ਇਹੀ ਹੁੰਦਾ ਆ ਵੀ ਜੇ ਤੁਹਾਨੂੰ ਇੱਦਾਂ ਦਾ ਕੋਈ ਸਵਾਲ ਆ ਕਾਨੂੰਨੀ ਮਾਹਰ ਦੇ ਬਾਰੇ ਉਹਦੇ ਕੋਲੋਂ ਪੁੱਛਿਆ ਜਾਵੇ ਬਾਕੀ ਜੇ ਕੋਈ ਸਾਨੂੰ ਇਸ ਦੇ ਬਾਰੇ ਨਿਊਜ਼ ਮਿਲੇਗੀ
जे यू वीजे दे बारे उस नूं वधाउण दी गल कर रहे ने घटाउण दी गल कर रहे ने कि उस दे विच कोई तब्दीली हो रही है तां आपां जरूर जिहड़ा जी ओह तुहानूं जिहड़ा जी ओह जरूर दसांगे क्योंकि कई हर एक तरीके दे वीजे दे नाल जिहड़े आपणे लोक जिहड़े आ ओह जुड़े हुए ने जिद्दां जिद्दां न्यूज़ आउंदी जांदी आ आपां तुहाडे सारे नाल शेयर करदे जी बिल्कुल राजकमल वीर सिंह जी जिहड़ा यू वीजा सीगा ना कहिंदे विक्टिम्स ऑफ ट्रैफिकिंग एंड वायलेंस प्रिवेंशन एक्ट 2000 दे विच इह लागू कीता गया सी ते पिछले सालां च काफी पॉपुलर होया ते जिहदे कोल अलग लगभग 87,000 एप्लीकेशन ये पेंडिंग है नेशनली ते पर कैप हैगा गवर्नमेंट दा 10,000 यू वीजा पर साल दे हिसाब सो बहुत सारिया जिहड़ियां एप्लीकेशन आ ओह वड्डी गिणती दे विच पेंडिंग है जिद्दां आपां देखदे आ वी फैमिली पिटीशन आलियां दे जिहड़े अजे 2013 जां 2014-12 इत्थे दा समां चल रिहा आ सो उसे तरीके दे नाल यू वीजे वालियां नूं वी जिहड़ा जिद्दां दस्सिया वी 10,000 दिंदे ने एक साल दे विच ते जिन्ना राइट नाउ जिहड़ा बैकलॉग जिहड़ा ओह काफी हैगा आ सो जिदा जिदा हो रहा है रोजाना जरा इस नंबर वाधा ही जरा हो रहा है सो वेट जी इस लोगों सारे जी उस चीज करनी पै सकती है बाकी सो यह गल जरूर है जी लेटेस्ट न्यूज हैगी यू वीजे बारे ये आप पढ़ के साझी की पर जिन्होंने अपलाई किया वह कहें भी काफी जेडे है यू वीजा जिन्होंने अपलाई किया फिक्रमंद है यू वीजा सर्टिफिकेशन 2016 न्यूयॉर्क दे विच उन्होंने थोड़ा जिहा डाटा दिता बहुत सारे लोगों ने अपलाई किया न्यूयॉर्क डिपार्टमेंट 713 क्वींस 485 सो 87,000 के करीब लोगों ने ऑलरेडी अपलाई किया जबकि लिमिट हैगी 10,000 सो बाकी इहदे बारे जे कोई ज्यादा जानकारी लैनी है वह तुसीं जिहड़ा कोई भी इमीग्रेशन अटॉर्नी हैगा वैल क्वालीफाइड उहदे नाल तुसीं डिस्कस कर सकते हैं आपां तां तुहानूं न्यूज़ पढ़ के जां देख के सांझी कर सकते हैं जी बिल्कुल ते उम्मीद करदे हां कि तुहानूं जिहड़ा इस चीज़ दा जिहड़ा जरूर जवाब मिल गया होणा है हरजोत सिंह जी आप अगली गल भी करिए क्योंकि इतने बहुत कुछ रोजाना नवा कुछ न कुछ घटता जाता है एफ बी आई दे जेडे हैगे ने जिन्हां ने यह उदो किया सीगा भी इंडाइट तां नहीं करांगे हैलरी क्लिंटन नूं पर जिहड़ा उस दे विच इह उन्हां ने कहता सीगा भी जिहड़ी इनवैसटीगेशन आ उह चालू रहेगी दुबारा इनवैसटीगेशन जिहड़ी आ होवेगी जिस करके एक खासा धक्का जिहड़ा हैलरी क्लिंटन नूं वोटां तों ऐन पहलां जिहड़ा आ उह मिलिया सीगा ते जेम्स कॉमी जिहड़ा उन्हां दा नां आ उन्होंने जिहड़ी कीती सी ते जेम्स कॉमी नूं उत्ते हुण प्रैशर पाया जा रहा आ जिहड़े मौजूदा राष्ट्रपति ने डोनल्ड ट्रंप उन्होंने द्वारा भी तुसी ये कहो भी रशिया दे नाल जिहड़े किसी तरीके दे कोई संबंध इस तरीके दे नहीं रहे उन्होंने जिहड़े इस दे उत्ते हरजोत सिंह जी ये बयान दिता आ भी मैं एवें नजायज झूठ नहीं बोलना ते जो होगा मैं उही कहूंगा हाँ जे तुसी मैनूं रिप्लेस करना चाहुंदे हो भी मैं तुहाडी गल नहीं करदा डू इट जो भी तुसी करना है वो तुसी करो सो किते ना किते एफ बी आई आले भी जेडे इस टाइम कह लो भी वो पत्ते ही ने इन्हां दे उत्ते राष्ट्रपति ट्रंप दे उत्ते कारण जेड़ा जी वो शायद ये सोचते सीगे भी वो आपां एफ बी आई नूं अपनी मर्जी दे नाल जेड़ा जी चलावांगे हो सकता है भी हुंदा रहा होवे जां हुंदा भी आ पर हाल दी घड़ी एक हिसाब दे नाल जेड़े जेम्स कॉमी है उन्होंने इस दे बारे जरूर इस तरीके का बयान दिता है भी जिहड़ी चीज होगी मैं उही दसूंगा नाले उन्होंने पहले भी बयान जारी किया सीगा भी जिहड़ी ऑनगोइंग इनवैसटीगेशन आ मैं उस दे उत्ते किसी तरीके का जिहड़ा कमेंट आ उह नहीं जिहड़ा जी उह कर सकदा जदों इनवैसटीगेशन मुक जाएगी उस तों बाद दे विच ही इस दे उत्ते मैं किसी तरीके की टिप्पणी कर सकूंगा जी बिल्कुल सो राजकमल वीर सिंह जी जिहड़ी एक हेट क्राइम वाले अपने पंजाबी वीर दीप सिंह राय जिहड़े सीगे कैंट वाशिंगटन दे विच जिन्हां दे ਬਾਂਹ ਦੇ ਵਿੱਚ ਗੋਲੀ ਮਾਰੀ ਸੀ ਸੋ ਹੁਣ ਕਹਿੰਦੇ ਠੀਕ ਫੀਲ ਕਰ ਰਿਹਾ ਤੇ ਘਰ ਵਾਪਸ ਆ ਗਿਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਉਹਦੇ ਵਿੱਚ ਹਜੇ ਤੱਕ ਵੀ ਅੱਜ ਦੀ ਡੇਟ ਤੱਕ ਜਿਹੜਾ ਹੇਟ ਕ੍ਰਾਈਮ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਸੀ ਜਿਹਨੇ ਗੋਲੀ ਮਾਰੀ ਉਹ ਹਜੇ ਤੱਕ ਵੀ ਫੜਿਆ ਨਹੀਂ ਗਿਆ ਪਰ ਐਫ ਬੀ ਆਈ ਵੀ ਪੂਰੀ ਤਰ੍ਹਾਂ ਉੱਥੇ ਇਨਵੋਲਵ ਹੈਗੀ ਆ ਤੇ ਕਹਿੰਦੇ ਭਈ ਜਿਹੜੀ ਪੁਲਿਸ ਆ ਉਹ ਇਨਵੈਸਟੀਗੇਟ ਕਰ ਰਹੀ ਆ ਐਜ਼ ਏ ਹੇਟ ਕ੍ਰਾਈਮ ਐਫ ਬੀ ਆਈ ਦੀ ਮਦਦ ਦੇ ਨਾਲ ਜੀ ਜੀ ਸੋ ਇਸੇ ਤਰ੍ਹਾਂ ਜਿਹੜੀ ਐਫ ਬੀ ਆਈ ਦਾ ਸਿਆਟਲ ਫੀਲਡ ਆਫਿਸ ਹੈਗਾ ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਦੀ ਸਿਵਲ ਰਾਈਟ ਡਿਵੀਜ਼ਨ ਦੇ ਨਾਲ ਗੱਲਬਾਤ ਕਰਕੇ ਇਹ ਜਿਹੜੀ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਉੱਥੇ ਦੇ ਜਿਹੜੇ ਗਵਰਨਰ ਹੈਗੇ ਆ ਵਾਸ਼ਿੰਗਟਨ ਦੇ ਉਹ ਵੀ ਕਹਿੰਦੇ ਵੀ ਮੈਂ ਪੂਰਾ ਨਾਲ ਹਾਂ ਸਿੱਖ ਕੌਮ ਦੇ ਵੀ ਕਿਸੇ ਤਰ੍ਹਾਂ ਦਾ ਜਿਹੜਾ ਧੱਕਾ ਹੋਇਆ ਫਿਊਚਰ ਦੇ ਵਿੱਚ ਇੱਦਾਂ ਦਾ ਨਾ ਹੋਵੇ ਆਪਾਂ ਪੂਰੀ ਜਿਹੜੀ ਪੁਲਿਸ ਆ ਉਹਨੂੰ ਅਲਰਟ ਕੀਤਾ ਹੋਇਆ ਹੈਗਾ ਜੀ ਜੀ ਤੇ ਹਰਜੋਤ ਸਿੰਘ ਜੀ ਆਪਣੇ ਨਾਲ ਕੁਛ ਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੁੜੇ ਨੇ ਆਪਣੇ ਨਾਲ ਜਸਵਿੰਦਰ ਕੌਰ ਜੀ
ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਜਿਹੜਾ ਆਹ ਮੈਰਿਜ ਵੀਜ਼ੇ ਲਈ ਤੁਸੀਂ ਕੁਛ ਚੇਂਜਸ ਆਈ ਹੈ ਕੁਛ? ਮੈਰਿਜ ਵਾਲੇ ਵੀਜ਼ੇ ਦੇ ਉੱਤੇ ਕਿਸੇ ਤਰੀਕੇ ਦਾ ਜਿਹੜਾ ਉਹ ਚੇਂਜਸ ਜਿਹੜੀਆਂ ਰਾਈਟ ਨਾਲ ਨਹੀਂ ਹੈਗੀਆਂ। ਅੱਛਾ ਜੀ, ਪਹਿਲਾਂ ਜਿੱਦਾਂ ਸੀ ਉਦੇ ਚੱਲ ਰਿਹਾ? ਹਾਂਜੀ, ਉਸੇ ਤਰੀਕੇ ਨਾਲ ਮੋਸਟਲੀ ਸਾਰੇ ਵੀਜ਼ੇ ਉਸੇ ਤਰੀਕੇ ਦੇ ਨਾਲ ਹੀ ਜਿਹੜੇ ਉਹ ਚੱਲ ਰਹੇ ਆ, ਜਿਹੜੀਆਂ ਅਜੇ ਤਾਈਂ ਕੋਈ ਵੀ ਤਬਦੀਲੀਆਂ ਨਹੀਂ ਆਈਆਂ। ਗੱਲਾਂ ਜਿਹੜੀਆਂ ਉਹ ਜ਼ਰੂਰ ਚੱਲ ਰਹੀਆਂ ਨੇ ਵੀ ਇੱਦਾਂ ਹੋ ਸਕਦਾ, ਉਦਾਂ ਹੋ ਸਕਦਾ। ਸੋ ਉਹੀ ਤੁਹਾਨੂੰ ਆਪਾਂ ਨਿਊਜ਼ ਜਿਹੜੀਆਂ ਉਹ ਦੱਸਦੇ ਆ ਵੀ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਨੇ ਆਹ ਚੀਜ਼ ਆਖੀ ਆ ਤੇ ਜਾਂ USCIS ਨੇ ਆਹ ਚੀਜ਼ ਆਖੀ ਆ। ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ, ਬਿੰਦਰ ਤੂਰ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਟਰੰਪ ਵੀ ਲੱਗਦਾ ਕਈਆਂ ਗੱਲਾਂ ਚ ਕਲੀਅਰ ਨੀ ਗਾ, ਹੌਲੀ ਹੌਲੀ ਫੇਰ ਉੱਥੇ ਹੀ ਆਉਂਦੇ ਜਾਂਦੇ ਆ। ਜਿੱਦਾਂ ਆਮ ਪਹਿਲਾਂ ਚੱਲਦਾ ਸੀ ਕਿ ਜਿਹੜੇ ਮਤਲਬ ਕ੍ਰਾਈਮ ਕਰਦੇ ਸੀ ਉਹਨਾਂ ਨੂੰ ਡਿਪੋਰਟ ਕਰਦੇ ਸੀ, ਤੇ ਜਿਹੜੇ ਮਤਲਬ ਪੋਲੀਟੀਕਲ ਸੀ ਇਹਨਾਂ ਦੇ ਤਾਂ ਕੇਸ ਜਿਹਨਾਂ ਨੇ ਲਾਏ ਹੁੰਦੇ ਸੀ ਉਹਨਾਂ ਨੂੰ ਕੁਛ ਨੀ ਸੀ ਕਹਿੰਦੇ, ਤੇ ਜਿਹੜੇ ਉਦਾਂ ਅਨਲੀਗਲ ਰਹਿ ਰਹੇ ਸੀ ਉਹਨਾਂ ਨੂੰ ਤਾਂ ਪਹਿਲਾਂ ਵੀ ਡਿਪੋਰਟ ਕਰਦੇ ਸੀ। ਜਿੱਦਾਂ ਮੋਦੀ ਨੂੰ ਪੈਸੇ ਬੰਦ ਕਰਨ ਬਾਰੇ ਕੋਈ ਗੱਲ ਕਲੀਅਰ ਨੀ ਸੀ, ਉਹ ਪੈਸੇ ਵੀ ਅਜੇ ਤੱਕ ਨੀ ਮਿਲਣ ਲੱਗੇ। ਜਿੱਦਾਂ ਹੁਣ ਸਾਹਮਣੇ ਆ ਰਹੀਆਂ ਕਈਆਂ ਗੱਲਾਂ, ਇਹ ਵੀ ਕਲੀਅਰ ਨੀ ਸੀ ਬੰਦੇ ਬੰਦੇ ਡਿਪੋਰਟ ਕਰਨ ਚ। ਇਹ ਬਿਲਕੁਲ ਮੈਨੂੰ ਤਾਂ ਲੱਗਦਾ ਕਲੀਅਰ ਸੀ, ਕਿਉਂਕਿ ਜਦੋਂ ਵੀ ਜਦੋਂ ਕੈਂਡੀਡੇਟ ਸੀਗੇ ਪ੍ਰੈਜੀਡੈਂਟ ਡੋਨਲਡ ਟਰੰਪ, ਉਹ ਪਹਿਲੇ ਦਿਨ ਤੋਂ ਇਹ ਕਹਿ ਰਹੇ ਸੀ ਵੀ ਜਿਹੜੇ ਇਲੀਗਲ ਬੰਦੇ ਆ ਇਹਨਾਂ ਨੂੰ ਅਸੀਂ ਬਾਹਰ ਕੱਢਣਾ ਹੈਗਾ ਆ। ਸੋ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਬੜੇ ਕਲੀਅਰਲੀ ਕਿਹਾ ਸੀਗਾ, ਤੇ ਉਹ ਠੀਕ ਆ ਵੀ ਲੋਕਾਂ ਨੇ ਬਹੁਤ ਸੀਰੀਅਸਲੀ ਨਹੀਂ ਲਿਆ, ਤੇ ਜਾਂ ਜਿਹੜੇ ਉਹਨਾਂ ਦੇ ਸਪੋਰਟਰ ਸੀ ਉਹਨਾਂ ਨੂੰ ਪਤਾ ਸੀ ਵੀ ਪ੍ਰੈਜੀਡੈਂਟ ਟਰੰਪ ਇਹ ਕੰਮ ਕਰਨਗੇ। ਬਾਕੀ ਦੇਖੋ ਹੋ ਜੋ ਰਿਹਾ ਆ ਉਸ ਦੀ ਆੜ ਦੇ ਵਿੱਚ ਉਹ ਆਪਣੇ ਸਾਹਮਣੇ ਹੀ ਆ ਸਾਰਾ ਕੁਛ ਵੀ ਕਿਸ ਤਰੀਕੇ ਦੇ ਨਾਲ ਆਈਸ ਵਾਲੇ ਆ ਉਹ, ਜਿਹਦਾ ਆਪਾਂ ਉਹ ਰਿਪੋਰਟ ਵੀ ਉਸ ਦਿਨ ਸਾਂਝੀ ਕੀਤੀ ਸੀਗੀ ਨਿਊਯਾਰਕ ਟਾਈਮ ਵਾਲੀ, ਵੀ ਆਈਸ ਵਾਲੇ ਇਹ ਕਹਿ ਰਹੇ ਨੇ ਵੀ ਸਾਡੀਆਂ ਹੱਥ ਕੜੀਆਂ ਜਿਹੜੀਆਂ ਉਹ ਇੱਕ ਹਿਸਾਬ ਦੇ ਨਾਲ ਉਹ ਖੁੱਲ ਗਈਆਂ ਨੇ, ਸਾਨੂੰ ਇੱਕ ਐਸੀ ਆਜ਼ਾਦੀ ਮਹਿਸੂਸ ਹੋ ਰਹੀ ਹੈ ਜਿਹੜੀ ਸਾਨੂੰ ਕਦੀ ਪਹਿਲਾਂ ਨਹੀਂ ਹੋਈ ਸੀ, ਹੁਣ ਅਸੀਂ ਆਪਣਾ ਕੰਮ ਜਿਹੜਾ ਆ ਉਹ ਜਿੱਦਾਂ ਚਾਹੁੰਦੇ ਹਾਂ ਉਸ ਤਰੀਕੇ ਦੇ ਨਾਲ ਜਿਹੜੇ ਆ ਉਹ ਕਰ ਸਕਦੇ ਹਾਂ। ਸੋ ਲੈਟ ਸੀ ਵੀ ਇਸ ਚੀਜ਼ ਦੇ ਵਿੱਚ ਬਣਦਾ ਕੀ ਆ, ਹੋਵੇਗਾ ਕੀ। ਬਾਕੀ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਆਪਣੇ ਦੋ ਸਰੋਤੇ ਪੁੱਛਦੇ ਦਿੰਦੇ ਨੇ ਵੀ F4 ਇੰਡੀਆ ਵਾਲੇ ਜਿਹੜੇ ਵੀਜ਼ਾ ਬੁਲੇਟਿਨ ਦਾ ਕੱਟ ਆਫ ਟਾਈਮ ਜਿਹੜਾ ਆ ਉਹ ਕੀ ਚੱਲ ਰਿਹਾ ਆ। ਮਾਰਚ 2017 ਦੀ ਵੀਜ਼ਾ ਬੁਲੇਟਿਨ ਦੇ ਮੁਤਾਬਕ ਕੱਟ ਆਫ ਡੇਟ ਜਿਹੜੀ ਰਾਈਟ ਨਾਲ ਚੱਲ ਰਹੀ ਆ ਸੱਤਵਾਂ ਮਹੀਨਾ ਜੁਲਾਈ 22 ਜੁਲਾਈ 2003, ਵੇਟਿੰਗ ਟਾਈਮ ਜਿਹੜਾ ਤਕਰੀਬਨ 13 ਸਾਲ 7 ਮਹੀਨੇ 7 ਦਿਨ ਦਾ ਜਿਹੜਾ ਹੋਇਆ ਆ, ਤੇ ਪਿਛਲੇ ਮਹੀਨੇ ਦੇ ਨਾਲੋਂ 1 ਮਹੀਨਾ ਤੇ 7 ਦਿਨ ਦੀ ਵੇਟਿੰਗ ਜਿਹੜੀ ਇਸ ਦੇ ਵਿੱਚ ਹੋਰ ਵਾਧਾ ਜਿਹੜਾ ਆ ਉਹ ਹੋ ਚੁੱਕਾ। ਇਹ ਜਿਹੜੀ ਲੇਟੈਸਟ ਵੀਜ਼ਾ ਬੁਲੇਟਿਨ ਜਿਹੜੀ ਇਹ ਹੈਗੀ ਆ ਮਾਰਚ 2017 ਦੀ ਜਿਹੜੀ USCIS ਨੇ ਜਿਹੜੀ ਉਹ ਸਾਹਮਣੇ ਕੀਤੀ ਆ, ਅਜੇ ਜਿਹੜੀ ਆ 22 ਜੁਲਾਈ 2003 ਜਿਹੜੀ ਕੱਟ ਆਫ ਡੇਟ ਜਿਹੜੀ ਆ ਇਸ ਮਹੀਨੇ ਦੇ ਵਿੱਚ ਚੱਲ ਰਹੀ ਆ। 13 ਸਾਲ 7 ਮਹੀਨੇ 7 ਦਿਨ ਦਾ ਜਿਹੜਾ ਇਸ ਦੇ ਵਿੱਚ ਜਿਹੜਾ ਵੇਟਿੰਗ ਟਾਈਮ ਜਿਹੜਾ ਆ ਉਹ ਚੱਲ ਰਿਹਾ ਆ ਜੀ। ਸੋ ਇਸੇ ਤਰ੍ਹਾਂ ਜਿਹੜੀ ਇੱਕ ਹੋਰ ਰਾਜਕਰਨਵੀਰ ਸਿੰਘ ਜੀ ਖਬਰ ਆ ਰਹੀ ਆ ਵੀ ਪ੍ਰੈਜੀਡੈਂਟ ਟਰੰਪ ਨੇ ਅੱਜ ਇੱਕ ਟੂਰ ਗਰੁੱਪ ਜਿਹੜਾ ਹੁੰਦਾ ਵਾਈਟ ਹਾਊਸ ਦੇ ਵਿੱਚ ਟੂਰ ਕਰਨ ਜਾਂਦੇ ਆ ਉਹਨਾਂ ਨੂੰ ਸਰਪ੍ਰਾਈਜ਼ ਕੀਤਾ, ਤੇ ਜਦੋਂ ਉਹ ਟੂਰ ਕਰਨ ਗਏ ਤੇ ਪ੍ਰੈਜੀਡੈਂਟ ਟਰੰਪ ਉੱਥੇ ਉਹਨਾਂ ਨੂੰ ਮਿਲਣ ਗਏ, ਜਿਹੜੀ ਬੜੀ ਸਰਪ੍ਰਾਈਜ਼ਿੰਗ ਹੈਗੀ ਆ। ਬਿਲਕੁਲ, ਦੱਸ ਰਹੇ ਵੀ ਜਿਹੜੇ ਨਾ ਵਾਈਟ ਹਾਊਸ ਦੇ ਟੂਰ ਆ ਉਹ ਪਿਛਲੇ ਕਾਫੀ ਸਮੇਂ ਤੋਂ ਬੰਦ ਸੀਗੇ। ਮਿਲੇਨੀਆ ਟਰੰਪ ਜਿਹੜੀ ਫਸਟ ਲੇਡੀ ਆ ਇਸ ਟਾਈਮ USA ਦੀ, ਉਸਨੇ ਜਿਹੜੇ ਮੁੜ ਕੇ ਦੁਬਾਰਾ ਇਸ ਦੀ ਖੁਲਵਾਇਆ ਆ ਇਹਨਾਂ ਨੂੰ, ਤੇ ਰਾਸ਼ਟਰਪਤੀ ਟਰੰਪ ਮਿਲੇ ਨੇ। ਮੋਸਟ ਪ੍ਰੋਬਬਲੀ ਇਹੀ ਹੋਣਾ ਵੀ ਜਿਹੜੇ ਉਹਨਾਂ ਨੂੰ ਜਾਣ ਪਛਾਣਦੇ ਨੇ ਉਹੀ ਜਿਹੜੇ ਉੱਥੇ ਆਏ ਹੋਣਗੇ, ਕਿਉਂਕਿ ਤੁਹਾਨੂੰ ਘੱਟੋ ਘੱਟ ਕਈ ਸੈਨੇਟਰਸ ਕਈ ਕਾਂਗਰਸਮੈਨ ਉਹਨਾਂ ਦੀ ਜਿਹੜਾ ਸਾਥ ਹੋਣਾ ਚਾਹੀਦਾ, ਤਾਂ ਹੀ ਜਿਹੜਾ ਤੁਹਾਨੂੰ ਉੱਥੇ ਵਾਈਟ ਹਾਊਸ ਦਾ ਜਿਹੜਾ ਟੂਰ ਆ ਉਹ ਮਿਲਦਾ ਆ ਉਹ ਦਿੱਤਾ ਜਾਂਦਾ ਆ, ਪਰ ਫਿਰ ਵੀ ਰਾਸ਼ਟਰਪਤੀ ਜਿਹੜੇ ਉੱਥੇ ਆ ਕੇ ਉਹ ਮਿਲਦੇ ਨੇ। ਇਸ ਵੱਲੋਂ ਵੈਸੇ ਸਾਬਕਾ ਰਾਸ਼ਟਰਪਤੀ ਓਬਾਮਾ ਵੀ ਕਾਫੀ
ਖੁੱਲ ਦਿਲ ਵਾਲੇ ਜਿਹੜੇ ਉਹ ਮੰਨੇ ਜਾਂਦੇ ਸੀਗੇ ਬਹੁਤ ਸਾਰੇ ਲੋਕਾਂ ਨੂੰ ਉੱਥੇ ਆਪ ਵੀ ਬੁਲਾਉਂਦੇ ਸੀਗੇ ਬੱਚਿਆਂ ਦੇ ਨਾਲ ਖੇਡਦੇ ਦੀਆਂ ਤਸਵੀਰਾਂ ਇੰਨਾ ਸਾਰਾ ਕੁਛ ਹੁੰਦਾ ਸੀਗਾ ਇੱਕ ਪੋਜ਼ਿਟਿਵ ਕਹਿ ਸਕਦੇ ਹਾਂ ਵੀ ਇੱਕ ਆਪਣਾ ਪੋਜ਼ਿਟਿਵ ਪਰਸਨੈਲਿਟੀ ਬਣਾਉਣ ਦੇ ਲਈ ਅਮਰੀਕੀ ਲੋਕਾਂ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਇਹ ਸਾਰਾ ਕੁਛ ਜਿਹੜੇ ਆ ਉਹ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਸੋ ਇਹ ਜਿਹੜਾ ਪਹਿਲਾ ਟੂਰ ਗਿਆ ਸੀ ਸੱਤ ਵੀਕ ਹੋ ਗਿਆ ਸੀ ਜਿਹੜੇ ਵਾਈਟ ਹਾਊਸ ਦੇ ਟੂਰ ਜਿਹੜੇ ਆ ਉਹ ਬੰਦ ਕੀਤੇ ਹੋਏ ਨੂੰ ਸੋ ਜਦੋਂ ਪਹਿਲੇ ਟੂਰ ਗਏ ਕਹਿੰਦੇ ਸੈਲਫ ਗਾਈਡਡ ਟੂਰ ਹੁੰਦੇ ਆ 45 ਮਿੰਟਾਂ ਦੇ ਤੇ ਉੱਥੇ ਜਿਹੜੇ ਪ੍ਰੈਜੀਡੈਂਟ ਟਰੰਪ ਆ ਉਹ ਜਿਹੜੇ ਟੂਰ ਦੇ ਵਿੱਚ ਲੋਕ ਗਏ ਉਹਨਾਂ ਨੂੰ ਮਿਲੇ ਤੇ ਬੜਾ ਸਰਪ੍ਰਾਈਜ਼ਿੰਗ ਹੋਇਆ ਜੀ ਜੀ ਤੇ ਹਰਜੋਤ ਸਿੰਘ ਜੀ ਜੇ ਸਮੇਂ ਵੱਲ ਨਜ਼ਰ ਮਾਰੀਏ ਤਾਂ ਸਮਾਂ ਜਿਹੜਾ ਹੁਣ ਅੱਜ ਦਾ ਇੱਥੇ ਹੀ ਹੁਣ ਸਮਾਪਤੀ ਦੇ ਵੱਲ ਤੇ ਜਾਂਦੇ ਜਾਂਦੇ ਜਿਹੜੇ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਆਪਾਂ ਯਾਦ ਦਿਵਾਉਣਾ ਚਾਹੁੰਦੇ ਹਾਂ 10 ਮਾਰਚ ਦੀ ਸ਼ਾਮ ਸ਼ੁੱਕਰਵਾਰ ਦੀ ਸ਼ਾਮ ਨੂੰ ਰਹਿਰਾ ਸਾਹਿਬ ਦੇ ਪਾਠ ਤੋਂ ਉਪਰੰਤ ਜਿੱਦਾਂ ਹੀ ਜਿਹੜੇ ਪੰਜਾਬ ਤੋਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਣਗੇ ਉਹ ਤੁਹਾਨੂੰ ਜਿਹੜਾ ਜੀ ਉਹ ਲੈ ਕੇ ਆਪਾਂ ਹਾਜ਼ਰ ਹੋ ਜਾਣਾ ਆ ਤੇ 10 ਮਾਰਚ ਦੀ ਸ਼ਾਮ 6:30 ਤੋਂ 7 ਵਜੇ ਦੇ ਦਰਮਿਆਨ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਪੰਜਾਬੀ ਰੇਡੀਓ USA ਜਿਹੜਾ ਆ ਉਹ ਫੇਸਬੁੱਕ ਦੇ ਉੱਤੇ ਵੀ ਆਵੇਗਾ ਸਾਡੇ AM ਸਟੇਸ਼ਨ ਦੇ ਉੱਤੇ ਫੋਨ ਨੰਬਰਾਂ ਦੇ ਉੱਤੇ ਵੈਬਸਾਈਟ ਦੇ ਉੱਤੇ ਐਂਡਰਾਇਡ ਆਈਫੋਨ ਦੀਆਂ ਐਪਸ ਦੇ ਉੱਤੇ ਜਿਹੜਾ ਆ ਉਹ ਤੁਹਾਡੇ ਸਾਰਿਆਂ ਦੇ ਲਈ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਉਹ ਲੈ ਕੇ ਹਾਜ਼ਰ ਹੋ ਜਾਵੇਗਾ ਸੋ ਜ਼ਰੂਰ ਜਿਹੜਾ ਜੀ ਉਸ ਦਿਨ ਵੀ ਤੁਸੀਂ ਜੁੜਨਾ ਆ ਕਿਉਂਕਿ ਸਾਰਿਆਂ ਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਆ ਵੀ ਅਗਲੀ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਕਿਸ ਦੀ ਜਿਹੜੀ ਉਹ ਬਣਨ ਜਾ ਰਹੀ ਆ ਸੋ ਉਹ ਜਿਹੜਾ ਹੋ ਹੀ ਜਾਣਾ ਰਾਜਕਰਨਵੀਰ ਸਿੰਘ ਜੀ ਆਪਾਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਜਿਹੜੇ AM ਸਟੇਸ਼ਨਾਂ ਤੇ ਸੁਣਦੇ ਉਹਨਾਂ ਨੂੰ ਤਾਂ ਪਤਾ ਹੀ ਆ ਜਿਨ੍ਹਾਂ ਦੇ ਘਰ ਚ ਰੇਡੀਓ ਸੈੱਟ ਆ ਉਹਨਾਂ ਨੂੰ ਵੀ ਪਤਾ ਹੀ ਆ ਸੋ ਜਿਨ੍ਹਾਂ ਨੂੰ ਫੋਨ ਨੰਬਰਾਂ ਦੀ ਜ਼ਰੂਰਤ ਆ ਜਿਹੜੇ ਕਿਤੇ ਵੀ ਉਹਨਾਂ ਨੂੰ ਫੋਨ ਚਾਹੀਦਾ ਕੈਨੇਡਾ USA ਤੁਸੀਂ ਸਾਡੇ ਅੱਜ ਆਫਿਸ ਕਾਲ ਕਰਕੇ ਫੋਨ ਨੰਬਰ ਲੈ ਲਿਓ ਜਿਨ੍ਹਾਂ ਨੇ ਪੰਜਾਬੀ ਰੇਡੀਓ USA ਦੀ ਐਪ ਹਜੇ ਤੱਕ ਨਹੀਂ ਡਾਊਨਲੋਡ ਕੀਤੀ ਜ਼ਰੂਰ ਡਾਊਨਲੋਡ ਜ਼ਰੂਰ ਤੁਸੀਂ ਐਂਡਰਾਇਡ ਜਾਂ ਆਈਫੋਨ ਦੇ ਉੱਤੇ ਸਿਰਫ ਪੰਜਾਬੀ ਰੇਡੀਓ USA ਪਾਉਣਾ ਹੈਗਾ ਤੇ ਤੁਹਾਨੂੰ ਫ੍ਰੀ ਜਿਹੜੀ ਉਹ ਐਪ ਆ ਉਹ ਡਾਊਨਲੋਡ ਕਰ ਸਕਦੇ ਤੇ ਤੁਸੀਂ 24 ਘੰਟੇ ਸੁਣ ਸਕਦੇ ਆ ਜੀ ਜੀ ਬਿਲਕੁਲ ਬਿਲਕੁਲ ਤੇ ਸੋ ਜ਼ਰੂਰ ਜਿਹੜਾ ਜੀ ਉਸ ਦਿਨ ਤਾਂ ਉਹ ਜਿਹੜਾ ਜੀ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਤੇ ਬਾਕੀ ਜਿਹੜੀ ਆ ਰਹੀ ਗੱਲ ਜਿਹੜੀ ਇੱਥੇ ਦੀਆਂ ਖ਼ਬਰਾਂ ਦੀ ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਰੋਜ਼ਾਨਾ ਸਵੇਰ ਤੇ ਸ਼ਾਮ ਨੂੰ ਜਿਹੜਾ ਜੀ ਉਹ ਲੈ ਕੇ ਹਾਜ਼ਰ ਹੁੰਦੇ ਹੀ ਆ ਤੇ ਹੁਣ ਇਜਾਜ਼ਤ ਲੈਣ ਦਾ ਜਿਹੜਾ ਹਰਜੋਤ ਸਿੰਘ ਜੀ ਵਿਆਹ ਆ ਚੁੱਕਾ ਹੈ ਤੇ ਹੁਣ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਜਿਹਨੇ ਵਾਸਤੇ ਜੋ ਹਾਸਤੀ ਖੇਡ ਦੇ ਰਹੇ ਸੁਣਦੇ ਰਹੋ ਪੰਜਾਬੀ ਰੇਡੀਓ USA You're listening to Punjabi Radio USA, KOBO, Yuba City, 1450 AM, KIID, Sacramento, 1470 AM, KWRU, Fresno, 1300 AM.